ਮਨਕ ਕਰਕੇ ਖੋਲੇ ਜੀ ਰੱਖ ਰੱਖ ਮਾਰਦਾ ਮਨਕ ਕਰਕੇ ਖੋਲੇ ਜੀ ਰੱਖ ਰੱਖ ਪ੍ਰਤਪਾਲਿਕ ਨਾ
न्यायिक खसम हमारे निमक निमक तुम ही प्रतपालो हम बारक तुमरे तारे जेवा एक कवन गुन कही है बेशुमार बेअंत स्वामी तेर अंत न किन्ही लई है करके कोले करके कोले जी करके कोले जी I'm
ਸਤਸੰਗ ਜੀਓ ਆਪਣੇ ਸਮੇਂ ਤੇ ਸਵਾਸਾਂ ਨੂੰ ਸਤਲਿਆਂ ਕਰਨ ਵਾਸਤੇ ਮਾਈ ਔਰ ਭਾਈ ਸਾਰੇ ਹੀ ਪ੍ਰੇਮੀ ਜਨ ਦੂਰੋਂ ਨੇੜਿਓਂ ਆਪੋ ਆਪਣੇ ਦੁਨਿਆਵੀ ਧੰਦੇ ਧੰਧਾਰਾਂ ਤੋਂ ਛੁਟਕਾਰਾ ਪਾ ਕਰਕੇ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪੁੱਜ ਕੇ ਆਪਣੀ ਜ਼ਿੰਦਗੀ ਦੀਆਂ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਲਗਾ ਕੇ ਸਦਲਿਆਂ ਕਰਨ ਦੀ ਖੇਚਲਾ ਜਾਣੀ ਕਿਰਪਾਲਤਾ ਕਰ ਤਨ ਤੇ ਆਓ ਥੋੜਾ ਜਿਹਾ ਸਮਾਂ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲਾਈਏ ਵਿਚਾਰ ਕਰੀਏ ਅਸੀਂ ਤੁਸੀਂ ਦੁਨੀਆਂ ਤੇ ਸੰਸਾਰ ਤੇ ਕੀ ਕਰਨ ਵਾਸਤੇ ਆਏ ਹਾਂ ਕਰ ਕੀ ਰਹੇ ਹਾਂ ਸਾਨੂੰ ਕਰਨਾ ਕੀ ਚਾਹੀਦਾ ਹੈ ਸਤਿ ਸ੍ਰੀ ਅਕਾਲ 84 ਲੱਖ ਜੋਨੀਆਂ ਦਾ ਬਾਦਸ਼ਾਹ ਇੱਕ ਘਰ 84 ਲੱਖ ਜੋਨੀਆਂ ਦੀ ਸਰਦਾਰ ਯੋਨੀ ਇਹ ਮਨੁੱਖਾ ਜਨਮ ਇਸ ਜੀਵ ਨੂੰ ਇਸ ਬੰਦੇ ਨੂੰ ਬਹੁਤ ਲੰਬੇ ਹਰਸੇ ਤੋਂ ਬਾਅਦ ਪ੍ਰਾਪਤ ਹੋਏ ਇਸ ਮਾਨਤਨ ਦਾ ਪ੍ਰਯੋਜਨ ਇਸ ਮਾਨਤਨ ਦਾ ਉਦੇਸ਼ ਮਾਨਤਨ ਧਾਰਨ ਕਰਕੇ ਮਨੁੱਖਾਂ ਦੇ ਵਿੱਚ ਆ ਕਰਕੇ ਵਹਿਰੂ ਪਰਮੇਸ਼ਰ ਦੀ ਭਗਤੀ ਪ੍ਰਭੂ ਪ੍ਰਾਪਤੀ ਪ੍ਰਭੂ ਸਿਮਰਨ ਹੈ ਸਤ ਸੰਬੰਧਾਂ ਦੁਨੀਆਂ ਤੇ ਆਇਆ ਹੀ ਪਰਮੇਸ਼ਰ ਦਾ ਨਾਮ ਜਪਣ ਵਾਸਤੇ ਹੈ ਅਸੀਂ ਇੱਥੇ ਰਹਿਣ ਵਾਸਤੇ ਨਹੀਂ ਆਏ ਅਸੀਂ ਇੱਥੇ ਬਹਿਣ ਵਾਸਤੇ ਨਹੀਂ ਆਏ ਗੁਰੂ ਕੀ ਸੰਗਤ ਸਾਡੀ ਜ਼ਿੰਦਗੀ ਦਾ ਜਿਹੜਾ ਮੁੱਖ ਮੰਤਵ ਹੈ ਪ੍ਰਯੋਜਨ ਹੈ ਉਦੇਸ਼ ਹੈ ਏਮ ਆਫ ਲਾਈਫ ਹੈ ਮੁੱਦਾ ਹੈ ਕਿ ਉਹ ਸਿਰਫ ਤੇ ਸਿਰਫ ਵਹਿਰੂ ਪਰਮੇਸ਼ਰ ਦਾ ਭਜਨ ਹੈ ਔਰ ਜਿਹੜਾ ਭਜਨ ਹੈ ਉਹ ਸਿਰਫ ਮਨੁੱਖਾ ਜਨਮ ਵਿੱਚ ਆ ਕੇ ਹੀ ਕੀਤਾ ਜਾਣਾ ਹੈ ਗੁਰੂ ਕੀ ਸੰਕਲਪ ਕੀਰਤਨ ਦੀ ਗੱਲ ਚੱਲੀ ਸੀ ਸੋਝੀ ਜਾਨਵਰਾਂ ਨੂੰ ਵੀ ਹੈ ਖਾਣ ਪੀਣ ਦੀ ਸੋਝੀ ਹੈ ਦੁੱਖ ਸੁੱਖ ਦੀ ਸੋਝੀ ਹੈ ਉਹਨਾਂ ਨੂੰ ਸਾਰਾ ਗਿਆਨ ਹੈ ਪਰ ਜਿੱਥੇ ਨਾਮ ਜਪਣ ਦਾ ਸਵਾਲ ਹੈ ਭਾਵੇਂ ਆਪਣੀ ਜਵਾਨ ਚ ਉਹ ਵੀ ਗੁਰੂ ਕੀ ਸੰਗਤ ਕਿਸੇ ਨਾ ਕਿਸੇ ਤਰੀਕੇ ਨਾਲ ਵਹਿਰੂ ਨੂੰ ਯਾਦ ਕਰਦੇ ਹੋਣਗੇ ਪਰ ਉਹਨਾਂ ਜੋਨੀਆਂ ਦੇ ਵਿੱਚ ਜਪਿਆ ਪਰਮੇਸ਼ਰ ਦਾ ਨਾਮ ਪ੍ਰਵਾਨ ਨਹੀਂ ਹੋਣਾ ਗੁਰੂ ਕੀ ਸੰਗਤ ਸਾਡੇ ਤੇ ਜਾਨਵਰਾਂ ਵਿੱਚ ਸਿਰਫ ਇੰਨਾ ਹੀ ਫਰਕ ਹੈ ਅਸੀਂ ਇਸ ਮਨੁੱਖਾ ਜਨਮ ਵਿੱਚ ਆ ਕੇ ਪਰਮੇਸ਼ਰ ਦਾ ਭਜਨ ਕਰ ਸਕਦੇ ਹਾਂ ਅੱਜ ਕਿਸੇ ਨੂੰ ਕਹੀਏ ਗੁਰੂ ਕੀ ਸੰਗਤ ਨਾਮ ਜਪੋ ਭਜਨ ਕਰੋ ਸਿਮਰਨ ਕਰੋ ਜਵਾਬ ਮਿਲਦਾ ਗੁਰੂ ਕੀ ਸੰਗਤ ਜੇ ਪਰਮੇਸ਼ਰ ਨੇ ਨਾਮ ਜਪਾਉਣਾ ਹੈ ਤਾਂ ਜਪ ਲਾਂਗੇ ਸਤ ਸੰਗਤ ਜੀ ਜੇ ਇਹ ਸਰੀਰ ਤਾਂ ਸਾਨੂੰ ਮਿਲਿਆ ਜੀ ਨਾਮ ਜਪਣ ਵਾਸਤੇ ਹੈ ਕਿ ਹੋਰ ਦੁਨੀਆਂ ਦੇ ਵਿੱਚ ਵੀ ਰਹਿਰ ਦਾ ਭਜਨ ਕੀਤਾ ਜਾ ਸਕਦਾ ਮਿਸਾਲ ਦੇ ਤੌਰ ਤੇ ਕੁੱਤਾ ਕੀ ਨਾਮ ਜਪ ਲੇਗਾ ਘੋੜਾ ਵੀ ਭਜਨ ਕਰ ਲੇਗਾ ਕਹਿਣ ਤੋਂ ਭਾਵ ਹੈ ਕਿ ਉਹਨਾਂ ਦੁਨੀਆਂ ਦੇ ਵਿੱਚ ਵਹਿਰੂ ਦਾ ਨਾਮ ਨਹੀਂ ਜਪਿਆ ਜਾਣਾ ਗੁਰੂ ਕੀ ਸੰਗਤ ਵਹਿਰੂ ਦਾ ਨਾਮ ਤਾਂ ਸਿਰਫ ਇਸ ਮਨੁੱਖਾ ਜਨਮ ਵਿੱਚ ਆ ਕੇ ਹੀ ਜਪਿਆ ਜਾਣਾ ਹੈ ਜੇ ਅਸੀਂ ਵਿਚਾਰ ਕਰਕੇ ਵੇਖੀਏ ਸਤਸੰਗ ਜੀ
ਜਿਹੜੀ ਸਾਡੀ ਜ਼ਿੰਦਗੀ ਹੈ, ਸਾਡਾ ਜੀਵਨ ਜਿਹੜਾ ਉਹ ਕੱਚੇ ਦੁੱਧ ਦੀ ਤਰ੍ਹਾਂ ਹੈ। ਸਤਸੰਗ ਜੀ, ਜੰਮਦਾ ਕੋਈ ਚੋਰ ਨਹੀਂ, ਜੰਮਦਾ ਕੋਈ ਠੱਗ ਨਹੀਂ, ਜੰਮਦਾ ਕੋਈ ਸ਼ਰਾਬੀ ਨਹੀਂ, ਜੰਮਦਾ ਕੋਈ ਜੂਏਬਾਜ ਨਹੀਂ, ਜੰਮਦਾ ਗੁਰੂ ਕੀ ਸੰਗਤ ਕੋਈ ਪਾਪੀ ਨਹੀਂ ਹੈ। ਜਿਵੇਂ ਜੀ ਸੰਗਤ ਮਿਲ ਗਈ, ਸੰਗਤ ਨੇ ਉਹਨੂੰ ਉਹ ਜਿਹਾ ਬਣਾ ਦਿੱਤਾ। ਗੁਰੂ ਕਿਸਮ ਬਣਾਉਣਾ ਪੈਂਦਾ ਹੈ। ਦੁੱਧ ਸਾਡੀ ਜ਼ਿੰਦਗੀ ਕੱਚੇ ਦੁੱਧ ਦੀ ਤਰ੍ਹਾਂ ਹੈ। ਡਿਪੈਂਡ ਅਪਾਨ ਅਸ, ਇਹ ਸਾਡੇ 'ਤੇ ਡਿਪੈਂਡ ਕਰਦਾ ਕਿ ਅਸੀਂ ਨਿਰਭਰ ਕਰਦਾ ਕਿ ਅਸੀਂ ਦੁੱਧ ਤੋਂ ਕੀ ਬਣਾਉਣਾ, ਕੀ ਦੁੱਧ ਤੋਂ ਦਹੀਂ ਬਣਾਉਣਾ, ਕੀ ਦਹੀਂ ਨੂੰ ਰਿੜਕ ਕੇ ਉਸ ਤੋਂ ਮੱਖਣ ਬਣਾਉਣਾ, ਮੱਖਣ ਨੂੰ ਗਰਮ ਕਰਕੇ ਕੀ ਗੁਰੂ ਕੀ ਸੰਗਤ ਅਸੀਂ ਉਸ ਤੋਂ ਘਿਓ ਬਣਾਉਣਾ ਹੈ, ਜਾਂ ਦੁੱਧ ਤੋਂ ਸਤਸੰਗ ਜੀ 36 ਕਿਸਮ ਦੀਆਂ ਮਠਿਆਈਆਂ ਉਹ ਵੀ ਦੁੱਧ ਤੋਂ ਤਿਆਰ ਹੁੰਦੀਆਂ। ਮਤਲਬ ਦੁੱਧ ਤੋਂ ਕੀ ਬਣਾਉਣਾ ਇਹ ਸਾਡੇ 'ਤੇ ਡਿਪੈਂਡ ਕਰਦਾ। ਗੁਰੂ ਕੀ ਸੰਗਤ ਇਸੇ ਤਰ੍ਹਾਂ ਹੀ, ਇਹਦਾ ਸਾਡਾ ਜੀਵਨ ਇਹ ਕੱਚੇ ਦੁੱਧ ਦੀ ਤਰ੍ਹਾਂ ਹੈ। ਇਹ ਸਾਡੇ 'ਤੇ ਨਿਰਭਰ ਕਰਦਾ ਕਿ ਅਸੀਂ ਆਪਣੇ, ਮਾਫ ਕਰਨਾ ਗੁਰੂ ਕੀ ਸੰਗਤ, ਇਸ ਜੀਵਨ ਦਾ ਕੀ ਬਣਾਉਣਾ ਹੈ। ਮਾਫ ਕਰਨਾ ਚੋਰਾਂ ਦੀ ਸੰਗਤ ਚੋਰ, ਠੱਗਾਂ ਦੀ ਸੰਗਤ ਠੱਗ, ਜੂਏਬਾਜ਼ਾਂ ਦੀ ਸੰਗਤ ਜੂਏਬਾਜ਼, ਸ਼ਰਾਬੀਆਂ ਦੀ ਸੰਗਤ ਸ਼ਰਾਬੀ ਬਣਾ ਕੇ ਰੱਖ ਦੇਵੇ ਕੀ। ਗੁਰੂ ਕਿਸਨ ਜੀ ਦੀ ਸੰਗਤ ਕਰੋਗੇ ਉਹਦਾ ਹੀ ਰੂਪ ਹੋ ਜਾਓਗੇ। ਜਿਹੜਾ ਧਿਆਨ ਦੇਣਾ ਪਵੇਗਾ ਗੁਰੂ ਕੀ ਸੰਗਤ, ਇਹ ਸਾਡੇ 'ਤੇ ਨਿਰਭਰ ਕਰਦਾ ਕਿ ਅਸੀਂ ਆਪਣੇ ਜੀਵਨ ਦਾ ਕੀ ਬਣਾਉਣਾ ਹੈ। ਜਿਹਦੀ ਸੰਗਤ ਕਰੋਗੇ ਉਹਦਾ ਰੂਪ ਹੋ ਜਾਓਗੇ। ਐਵੇਂ ਨਹੀਂ ਸੀ, ਅੰਮ੍ਰਿਤ ਛਕਾਉਣ ਸਮੇਂ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤੇ ਕਿ ਦਇਆ ਸਿੰਘ ਜੀ, ਤੁਸੀਂ ਅੰਮ੍ਰਿਤ ਛਕ ਕੇ ਮੇਰੇ ਸਿੰਘ ਤਾਂ ਸੱਜ ਗਏ ਹੋ, ਪਰ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਦਾਤਨ ਕੋਲ ਇਸ਼ਨਾਨ ਕਰਨ ਤੋਂ ਬਾਅਦ ਨਿੱਤ ਰੋਜ਼ ਦਾ ਨਿਤਨੇਮ ਕਰਿਆ ਕਰੋਗੇ। ਨਿੱਤ ਰੋਜ਼ ਦਾ ਨਿਤਨੇਮ ਕਰਨ ਤੋਂ ਬਾਅਦ ਦਇਆ ਸਿੰਘ ਜੀ, ਜਦੋਂ ਤੁਸੀਂ ਸ਼ੀਸ਼ੇ ਵਿੱਚ ਆਪਣਾ ਮੂੰਹ ਵੇਖਿਆ ਕਰੋਗੇ ਨਾ, ਜਿਵੇਂ ਦੁੱਧ ਦੇ ਉੱਤੇ ਮਲਾਈ ਆ ਜਾਂਦੀ ਹੈ, ਤਿਵੇਂ ਤੁਹਾਨੂੰ ਤੁਹਾਡੇ ਆਪਣੇ ਸਰੂਪ ਤੋਂ ਮੇਰੇ ਸਰੂਪ ਦੇ ਦਰਸ਼ਨ ਹੋਇਆ ਕਰਨਗੇ। ਐਵੇਂ ਸੀ ਕਿਹਾ, ਖਾਲਸੋ ਮੇਰਾ ਰੂਪ ਖਾਸ, ਖਾਲਸੋ ਹੂੰ ਮੈਂ, ਕਰੋ ਨਿਵਾਸ ਗੁਰੂ ਕੀ ਸੰਗਤ। ਮਾਫ ਕਰਨਾ ਸੋਝੀ ਹੈ ਜੀਵਨ ਦੀ, ਫਰੀਦਾ ਮੌਤੇ ਦਾ ਪੰਨਾ, ਹੱਦ ਹੈ ਕਿਸੇ ਚੀਜ਼ ਦੀ ਗੁਰੂ ਕੀ ਸੰਗਤ, ਹੱਦ ਹੈ ਹਰ ਕੰਮ ਦੀ, ਹੱਦ ਹੈ ਸੀਮਾ ਹੈ, ਇਸ ਜੀਵਨ ਦੀ ਵੀ ਹੱਦ ਹੈ। ਬਚਪਨ ਆਉਂਦਾ ਹੈ, ਚਾਰ ਦਿਨ ਬਚਪਨ ਰੰਗ ਦਿਖਾ ਕੇ ਚਲਾ ਜਾਂਦਾ, ਮਾਫ ਕਰਨਾ ਬਚਪਨ ਇਸ ਤਰ੍ਹਾਂ ਨਿਕਲ ਜਾਂਦਾ, ਇਹਨੇ ਗੁਜ਼ਰ ਜਾਂਦਾ। ਅਸੀਂ ਦੇਖੋ ਘਰ ਜਿਹਨਾਂ ਤੇ ਬਚਪਨ ਸਨ ਅੱਜ ਜਵਾਨੀ ਹੈ, ਜਿਹਨਾਂ ਦੇ ਘਰ ਜਵਾਨੀ ਸੀ ਅੱਜ ਬੁਢਾਪੇ ਵੱਧਦੇ ਜਾ ਰਹੇ ਨੇ, ਕੱਲ੍ਹ ਜਿਹੜੇ ਬਿਰਧ ਅਵਸਥਾ ਵਿੱਚ ਸੀ ਮਰ ਕੇ ਰਾਹੇ ਪੈ ਗਏ। ਬਚਪਨ ਇਹਦੇ ਨਿਕਲ ਜਾਂਦਾ ਜਿਵੇਂ ਹੜ੍ਹ ਦਾ ਪਾਣੀ ਇੱਕ ਪਾਸੇ ਆਉਂਦਾ ਹੈ, ਦੂਸਰੇ ਪਾਸੇ ਨੂੰ ਚਲਾ ਜਾਂਦਾ ਹੈ। ਫਿਰ ਗੁਰੂ ਕੀ ਸੰਗਤ ਜੁਆ ਅਵਸਥਾ ਆਉਂਦੀ, ਜਿਹਨੂੰ ਜਵਾਨੀ ਕਿਹਾ ਜਾਂਦਾ, ਜਵਾਨੀ ਵੀ ਇਸ ਤਰ੍ਹਾਂ ਗੁਜ਼ਰ ਜਾਂਦੀ ਹੈ ਜਿਵੇਂ ਸਾਧ ਸੰਗਤ ਕੋਈ ਪੰਛੀ ਆਕਾਸ਼ ਵਿੱਚ ਉੱਡਦਾ, ਜਿਵੇਂ ਜਿਵੇਂ ਉਹ ਪੰਛੀ ਆਕਾਸ਼ ਉੱਡਦਾ ਉਹਦੀ ਪਰਛਾਈ ਵੀ ਗੁਰੂ ਪਿਆਰੇ ਉਹਦੇ ਨਾਲ ਹੀ ਚਲੀ ਜਾਂਦੀ ਹੈ। ਗੁਰੂ ਕਿਸਮ ਬੁਢਾਪਾ ਜਿਹੜੀ ਉਮਰ ਹੈ, ਇਹ ਸਤਸੰਗ ਜੀ ਦੁੱਖਾਂ ਦਾ ਘਰ ਹੈ। ਜੇ ਕਿਸੇ ਨੂੰ ਕਹੀਏ ਨਾਮ ਜਪੋ, ਭਜਨ ਕਰੋ, ਸਿਮਰਨ ਕਰੋ, ਤੇ ਹਰ ਬੰਦਾ ਸੋਚਦਾ ਵੀ ਕਹਿ ਕੇ ਦੇਖ ਲਓ ਵੀ ਅਜੇ ਖਾਣ ਪੀਣ ਦਾ ਵਿਹੜਾ ਹੈ, ਬਚਪਨ ਚ ਉਮੀਦ ਹੈ ਕਿ ਜਵਾਨੀ ਆਏਗੀ ਨਾਮ ਜਪ ਲਾਂਗਾ, ਮਾਫ ਕਰਨਾ ਜਵਾਨੀ ਚ ਉਮੀਦ ਹੈ ਕਿ ਬੁਢਾਪੇ ਚ ਭਜਨ ਕਰ ਲਾਂਗਾ। ਪਰ ਗੁਰੂ ਕਿਸਮ ਜੇ ਵਿਚਾਰ ਕਰਕੇ ਵੇਖਿਆ ਜਾਏ, ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰ ਬਖਸ਼ਿਸ਼ ਕਰ ਰਹੇ ਨੇ, ਇਹ ਇਨਸਾਨ ਬਚਪਨ ਚ ਤੈਨੂੰ ਉਮੀਦ ਸੀ ਕਿ ਮੈਂ ਜਵਾਨੀ ਵਿੱਚ ਭਜਨ ਕਰ ਲਾਂਗਾ, ਪਰ ਮਾਫ ਕਰਨਾ ਜਵਾਨੀ ਦੀ ਝੂਠੀ, ਹਾਲਾਂਕਿ ਜ਼ਿੰਦਗੀ ਦਾ ਸੰਬੰਧ ਸਾਲਾਂ ਦੇ ਨਾਲ ਨਹੀਂ ਹੈ। ਜੇ ਅਸੀਂ ਕਹੀਏ ਕਿ ਜੇ ਅਸੀਂ ਇੰਨੇ ਸਾਲ ਹੀ ਦੁਨੀਆਂ ਤੇ ਜੀ ਕੇ ਜਾਣਾ ਹੈ, ਇਹ ਸਤਸੰਗ ਜੀ ਬਹੁਤ ਵੱਡੀ ਸਾਡੀ ਭੁੱਲ ਹੈ, ਸਾਡੀ ਗਲਤੀ ਹੈ। ਜ਼ਿੰਦਗੀ ਦੀ ਕਿਸੇ ਬੰਦੇ ਦੇ ਕੋਲ ਗਰੰਟੀ ਨਹੀਂ ਹੈ। ਵਿਚਾਰ ਕੇ ਵੇਖੋ, ਕਈ ਮਾਂ ਦੇ ਗਰਭ ਵਿੱਚ ਹੀ ਮਰ ਜਾਂਦੇ ਨੇ, ਕਿੱਥੇ ਜ਼ਿੰਦਗੀ, ਕਈ ਜਨਮ ਲੈਣ ਸਮੇਂ ਚਲੇ ਜਾਂਦੇ ਨੇ, ਕਈ ਕੁਛ ਸਕਿੰਟਾਂ, ਕਈ ਕੁਝ ਮਿੰਟਾਂ, ਕਈ ਕੁਝ ਘੰਟਿਆਂ, ਕਈ ਕੁਝ ਦਿਨਾਂ, ਕਈ ਕੁਝ ਮਹੀਨਿਆਂ, ਕਈ ਕੁਝ ਸਾਲਾਂ ਦੇ ਹੋ ਕੇ ਚਲੇ ਜਾਂਦੇ ਹਨ।
ਫਿਰ ਵੀ ਵਿਚਾਰ ਕੇ ਵੇਖੋ, ਬਚਪਨ ਜਵਾਨੀ ਨੇ ਖਾ ਜਾਣਾ, ਜ਼ਰੂਰੀ ਨਹੀਂ ਜਵਾਨੀ ਆਵੇ। ਕਿੰਨੇ ਲੋਕ ਨੇ ਜਿਨ੍ਹਾਂ ਤੇ ਜਵਾਨੀ ਆਉਂਦੀ ਹੀ ਨਹੀਂ। ਜਵਾਨੀ ਨੂੰ ਸਾਧ ਸੰਗ ਬੁਢਾਪੇ ਨੇ ਖਾ ਜਾਣਾ, ਜ਼ਰੂਰੀ ਨਹੀਂ ਬੁਢਾਪਾ ਆਵੇ। ਕਿੰਨੇ ਲੋਕ ਨੇ ਜਿਨ੍ਹਾਂ ਤੇ ਬੁਢਾਪਾ ਹੀ ਨਹੀਂ ਆਉਂਦਾ ਸਾਧ ਸੰਗ ਦੀ। ਖੈਰ, ਇਸ ਦੀ ਇੱਕ ਦਿਨ ਹੱਦ ਹੈ ਕਿ ਬੁਢਾਪੇ ਤੋਂ ਬਾਅਦ ਮੌਤ, ਮੌਤ ਕਰੇ ਕੋਈ ਵੀ ਜੀਵਨ ਨਹੀਂ ਰਹਿ ਜਾਂਦਾ। ਪਰ ਪਾਤਸ਼ਾਹ ਫਰਮਾਉਂਦੇ ਨੇ ਕਿ ਤੈਨੂੰ ਬਚਪਨ ਦੇ ਵਿੱਚ ਉਮੀਦ ਸੀ ਜਵਾਨੀ ਵੀ ਭਜਨ ਕਰ ਲਾਂਗਾ, ਪਰ ਜਵਾਨੀ ਦੀ ਝੂਠੀ ਆਸ ਨੂੰ ਮੁੱਖ ਰੱਖ ਕੇ ਤੂੰ ਆਪਣਾ ਬਚਪਨ ਤੋਂ ਗਾ ਬੈਠਾ ਹੈ। ਪਰ ਜਵਾਨੀ ਵਿੱਚ ਤੈਨੂੰ ਉਮੀਦ ਸੀ ਬੁਢਾਪੇ 'ਚ ਨਾਮ ਜਪ ਲਾਂਗਾ, ਮਾਫ਼ ਕਰਨਾ, ਪਰ ਬੁਢਾਪੇ ਦੀ ਝੂਠੀ ਆਸ ਨੂੰ ਮੁੱਖ ਰੱਖ ਕੇ ਤੂੰ ਆਪਣੀ ਜਵਾਨੀ ਉੱਥੋਂ ਗਵਾ ਬੈਠਾ। ਪਰ ਪਾਤਸ਼ਾਹ ਕਹਿੰਦੇ ਨੇ ਹੁਣ ਤਾਂ ਬੁਢਾਪਾ ਆ ਗਿਆ, ਹੁਣ ਤੈਨੂੰ ਕਾਹਦੀ ਉਮੀਦ ਹੈ? ਮਾਫ਼ ਕਰਨਾ, ਬਿਰਧ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ, ਕਹੁ ਨਾਨਕ ਨਰਬਾਵਰੇ ਕਿਉਂ ਨਾ ਭਜੇ। ਭਗਵਾਨ ਜੇ ਵਿਚਾਰ ਕਰਕੇ ਵੇਖੀ, ਵੈਸੇ ਜ਼ਿੰਦਗੀ ਦਾ ਕੋਈ ਪਤਾ, ਮੌਤ ਦਾ ਕੋਈ ਪਤਾ ਨਹੀਂ ਕਦੋਂ ਅੰਤਮ ਸਮਾਂ ਆ ਜਾਣਾ। ਕਿਸੇ ਦੇ ਬਚਪਨ ਨੂੰ, ਬੱਚੇ ਨੂੰ ਵੇਖ ਕੇ ਕੋਈ ਬੰਦਾ ਅੰਦਾਜ਼ੇ ਨਹੀਂ ਲਾਉਂਦਾ, ਕੋਈ ਕਹਿ ਕੇ ਦੇਖੋ ਲੜਾਈ ਹੋ ਜਾਏਗੀ। ਹਾਲਾਂਕਿ ਬੱਚੇ ਵੀ ਮਰਦੇ ਵੇਖੇ ਹਨ, ਕਹਿ ਦਿਓ ਵਾਹਿਗੁਰੂ, ਨਾ ਬਾਲਕ ਨਾ ਜੋਬਨੂ ਨਾ ਬਿਰਦੀ ਕਿਛ ਬੰਦ। ਮੌਤ ਦਾ ਬਚਪਨ ਜਵਾਨੀ ਤੇ ਬੁਢਾਪੇ ਦੇ ਨਾਲ ਕੋਈ ਵੀ ਵਿਤਕਰਾ ਨਹੀਂ ਹੈ, ਪਤਾ ਨਹੀਂ ਕਦੋਂ ਕੋਈ ਚਲਾ ਜਾਏ। ਪਰ ਫਿਰ ਵੀ ਸਤਸੰਗ ਜੀ ਜੇ ਵਿਚਾਰ ਕਰਕੇ ਵੇਖੀਏ, ਕਿਸੇ ਦੇ ਬੱਚੇ ਨੂੰ ਵੇਖ ਕੇ ਆਪਾਂ ਅੰਦਾਜ਼ਾ ਲਾਈਏ, ਸਰਦਾਰ ਜੀ, ਸਿੰਘ ਸਾਹਿਬ ਜੀ, ਆਹ ਤੁਹਾਡਾ ਕਾਕਾ, ਮੇਰਾ ਖਿਆਲ ਹੈ ਇਹਨੇ ਇੰਨੇ ਕੁ ਸਮੇਂ ਨੂੰ ਇਹਨੇ ਮਰ ਜਾਣਾ। ਦੇਖੋ ਸਤਸੰਗ ਜੀ, ਮੁਫ਼ਤ ਦਾ ਝਗੜਾ ਮੁੱਲ ਲੈਣ ਵਾਲੀ ਗੱਲ ਹੈ, ਠੀਕ ਹੈ ਗਲਤ? ਕਿਉਂ ਗੁਰੂ ਪਿਆਰੇ, ਕਿਸੇ ਦੇ ਜਵਾਨ ਪੁੱਤ ਨੂੰ ਵੇਖ ਕੇ ਅੰਦਾਜ਼ਾ ਲਾਈਏ ਕਿ ਲੱਗਦਾ ਕਿ ਇੰਨੇ ਸਮੇਂ ਨੂੰ, ਮਾਫ਼ ਕਰਨਾ ਗੁਰੂ ਕੀ ਸੰਗਤ, ਆਹ ਤੁਹਾਡੇ ਬੱਚੇ ਨੂੰ ਵੇਖ ਕੇ ਇੰਝ ਲੱਗਦਾ ਵੀ ਇੰਨੇ ਸਮੇਂ ਨੂੰ ਮਰ ਜਾਣਾ ਹੈ। ਮਾਫ਼ ਕਰਨਾ, ਸੱਸ ਮੁਫ਼ਤ ਦਾ ਝਗੜਾ ਖਰੀਦਣ ਵਾਲੀ ਗੱਲ ਹੈ। ਜਦ ਬੰਦਾ ਬਿਰਧ ਹੋ ਜਾਂਦਾ, ਤੁਰਿਆ ਨਹੀਂ ਜਾਂਦਾ, ਨੈਣੋ ਨੀਰ ਬਹੇ ਤਨਖੀਣਾ, ਪਏ ਕੇਸ ਦੁਲਵਾਨੀ, ਰੂੰਦਾ ਕੰਠ ਸ਼ਬਦ ਨਹੀਂ ਉਚਰਿਆ, ਅਬ ਕਿਆ ਕਰੇ, ਪੁਰਾਣੀ ਬੁਢਾਪਾ ਉਮਰ ਦੁੱਖਾਂ ਦਾ ਘਰ ਹੈ। ਅੱਖਾਂ ਦੇ ਵਿੱਚ ਉਹ ਰੋਸ਼ਨੀ ਨਹੀਂ ਰਹਿੰਦੀ, ਕੰਨ ਉੱਚਾ ਸੁਣਨਾ ਸ਼ੁਰੂ ਕਰ ਦਿੰਦੇ ਨੇ, ਪੈਰ ਉਹੀ ਹੁੰਦੇ ਨੇ ਚੱਲਣਾ, ਸਤਸੰਗ ਜੀ ਬੰਦ ਕਰ ਦਿੰਦੇ ਨੇ, ਕਿਵੇਂ ਰੁੱਖ ਹੌਲੀ ਹੌਲੀ ਚੱਲਦਾ, ਹੱਥ ਉਹੀ ਹੁੰਦੇ ਨੇ, ਸਿਰ ਉਹੀ ਹੁੰਦਾ, ਸਿਰ ਕੰਪਿਓ ਪਗ ਡਗਮਗੈ, ਨੈਣ ਜੋਤ ਤੇ ਹੀਨ, ਕਹੋ ਨਾਨਕ ਇਹ ਬਿਧ ਭਈ ਤਉਨ ਹਰਸ ਲੀਨ। ਗੁਰੂ ਕੀ ਸੰਗਤ, ਬੁਢਾਪਾ ਉਮਰ ਆ ਜਾਂਦੀ ਹੈ, ਅੰਦਾਜ਼ੇ ਲੱਗਣੇ ਸ਼ੁਰੂ ਹੋ ਜਾਂਦੇ ਹਨ। ਕਿਉਂ? ਇਹ ਇਨਸਾਨੀ ਜ਼ਿੰਦਗੀ ਦੀ ਆਖਰੀ ਸਟੇਜ ਹੈ। ਬਚਪਨ ਤੁਰ ਜਾ ਮੁੜ ਕੇ ਨਹੀਂ ਆਉਂਦਾ, ਜਵਾਨੀ ਤੁਰ ਜਾ ਮੁੜ ਕੇ ਨਹੀਂ ਆਉਂਦੀ, ਬੁਢਾਪਾ ਆ ਜਾਏ ਮੁੜ ਕੇ ਜਾਂਦਾ ਨਹੀਂ, ਇਹ ਲੈ ਕੇ ਹੀ ਜਾਂਦਾ ਹੈ। ਗੁਰੂ ਕੀ ਸੰਗਤ, ਜਰਾ ਧਿਆਨ ਦੇਣਾ ਪਵੇਗਾ। ਪਾਤਸ਼ਾਹ ਕਹਿੰਦੇ ਨੇ ਬਚਪਨ ਚ ਉਮੀਦ ਸੀ ਜਵਾਨੀ ਚ ਭਜਨ ਕਰ ਲਾਂਗਾ, ਪਰ ਜਵਾਨੀ ਦੇ ਵਿੱਚ ਤੈਨੂੰ ਉਮੀਦ ਸੀ ਸਾਧ ਸੰਗ ਬੁਢਾਪੇ ਦੇ ਵਿੱਚ ਨਾਮ ਜਪ ਲਵਾਂਗਾ। ਪਰ ਪਾਤਸ਼ਾਹ ਕਹਿੰਦੇ ਨੇ ਹੁਣ ਤਾਂ ਬੁਢਾਪਾ ਆ ਗਿਆ, ਹੁਣ ਤੈਨੂੰ ਕਾਹਦੀ ਉਮੀਦ ਹੈ? ਮਾਫ਼ ਕਰਨਾ ਖਾਲਸਾ ਜੀ, ਹੁਣ ਤੈਨੂੰ ਕਾਹਦੀ ਉਮੀਦ ਹੈ? ਗੁਰਦੇਵ ਕਹਿੰਦੇ ਨੇ ਬਿਰਧ ਭਇਓ ਸੂਝੈ ਨਹੀਂ, ਕਾਲ ਪਹੁੰਚੋ ਆਨ, ਕਹੁ ਨਾਨਕ ਨਰ ਬਾਵਰੇ ਕਿਉਂ ਨਾ ਭਜੇ। ਭਗਵਾਨ ਗੁਰੂ ਕੀ ਸੰਗਤ, ਮਾਫ਼ ਕਰਨਾ, ਜਰਾ ਧਿਆਨ ਦੇਣਾ ਪਵੇਗਾ। ਗੁਰੂ ਪਿਆਰਿਓ, ਸਤਸੰਗ ਜੀ, ਜਰਾ ਧਿਆਨ ਦੇਣਾ ਪਵੇਗਾ। ਇਹ ਜੀਵਨ ਸਾਨੂੰ ਮਿਲਿਆ ਹੀ ਪਰਮੇਸ਼ਰ ਦਾ ਨਾਮ ਜਪਣ ਵਾਸਤੇ। ਫਰੀਦ ਜੀ ਫਰਮਾਉਂਦੇ ਨੇ, ਫਰੀਦਾ ਮੌਤੇ ਦਾ ਬੰਨਾ ਇਵੇਂ ਦਿਸੈ, ਜੋ ਦਰਿਆ ਵੇ ਢਾਹੋ, ਅੱਗੇ ਦੋ ਜਗ ਤਪਿਆ ਸੁਣੀਐ, ਹੂਰ ਪਵੈ ਕਹਾਓ, ਇੱਕ ਨਾ ਨੂੰ ਸਭ ਸੋਝੀ ਆਈ। ਜਿਨ੍ਹਾਂ ਨੂੰ ਪਤਾ ਕਿ ਇਹ ਜੀਵਨ ਚਲਿਆ ਜਾਣਾ, ਇਹ ਜੀਵਨ ਰਹਿਣਾ ਨਹੀਂ, ਇਹ ਜਨਮ ਤੋਂ ਪਹਿਲਾਂ ਵੀ ਸਰੀਰ ਕੋਲ ਨਹੀਂ ਸੀ,
ਤੇ ਮਰਨ ਤੋਂ ਬਾਅਦ ਵੀ ਕੋਲ ਨਹੀਂ। ਉਹ ਜਿਹਨਾਂ ਨੂੰ ਸੋਝੀ ਸਤਸੰਗਤ ਕਰਦੇ ਨੇ, ਨਾਮ ਜਪਦੇ ਨੇ, ਭਜਨ ਕਰਦੇ ਨੇ, ਅੰਮ੍ਰਿਤ ਛਕਦੇ ਨੇ, ਅੰਮ੍ਰਿਤ ਵੇਲੇ ਜਾਗਦੇ ਨੇ, ਨਿਤਨਾਮ ਕਰਦੇ ਨੇ, ਇੱਕ ਇੱਕ ਸਾਹ ਨਾਲ ਵੱਧ ਤੋਂ ਵੱਧ ਭਜਨ ਕਰਨ ਦੀ ਕੋਸ਼ਿਸ਼ ਕਰਦੇ ਹਨ, ਦਾਨ ਕਰਦੇ ਨੇ, ਪੁੰਨ ਕਰਦੇ ਨੇ, ਪਰਉਪਕਾਰ ਕਰਦੇ ਨੇ, ਸਰਬੱਤ ਦਾ ਭਲਾ ਮੰਗਦੇ ਨੇ, ਦਇਆ ਕਰਦੇ ਨੇ, ਸਰਬੱਤ ਦਾ ਭਲਾ ਮੰਗਦੇ ਨੇ। ਜਿਹਨਾਂ ਨੂੰ ਸੋਝੀ ਹੈ, ਜਿਹਨਾਂ ਨੂੰ ਸੋਝੀ ਨਹੀਂ, ਉਹ ਮਾੜੇ ਕਰਮ ਵੀ ਕਰਦੇ ਹਨ, ਝੂਠ ਵੀ ਬੋਲਦੇ ਨੇ, ਮਾੜੇ ਕਰਮ ਵੀ ਕਰਦੇ ਨੇ। ਉਹ ਇਹ ਵੀ ਗੱਲ ਕਹਿੰਦੇ ਨੇ, ਖਾਓ ਪੀਓ ਕਰੋ ਆਨੰਦ, ਇਹ ਜਗ ਮਿੱਠਾ ਤੇ ਅਗਲਾ, ਕਿਨ ਡਿੱਠਾ ਗੁਰੂ ਕੀ ਸੰਗਤ। ਉਹਨਾਂ ਦੇ ਖਿਆਲ ਇਹੋ ਜਿਹੇ ਹੁੰਦੇ ਨੇ, ਮਾਫ ਕਰਨਾ ਗੁਰੂ ਕੀ ਸੰਗ, ਖਾਓ ਪੀਓ ਕਰੋ ਆਨੰਦ, ਇਹ ਜਗ ਮਿੱਠਾ ਅਗਲਾ ਕਿਨ ਡਿੱਠਾ। ਪਰ ਗੁਰੂ ਕੀ ਸੰਗਤ ਜਿਹਨਾਂ ਨੂੰ ਜੀਵਨ ਦੀ ਸੋਝੀ ਹੈ, ਦੁਨੀਆਂ ਦੇ ਲੋਕੀ ਅਮੂਮਨ ਅਸੀਂ ਜਦ ਕੋਈ ਬੰਦਾ ਮਰ ਜਾਂਦਾ ਕਹਿੰਦੇ ਨੇ ਕਿ ਉਹ ਫਲਾਣਾ ਬੰਦਾ ਮਰ ਗਿਆ, ਕੁਝ ਨਹੀਂ ਲੈ ਗਿਆ, ਉਹ ਖਾਲੀ ਤੁਰ ਗਿਆ। ਸਤਸੰਗ ਜੀ ਮਾਫ ਕਰਨਾ, ਕੌਣ ਕਹਿੰਦਾ ਖਾਲੀ ਤੁਰ ਗਿਆ? ਤੁਰ ਗਿਆ ਖਾਲੀ, ਮੰਨਣ ਵਾਲੀ ਗੱਲ ਹੈ, ਤੁਰ ਗਿਆ ਖਾਲੀ। ਕੋਈ ਮਨਮੁਖ ਖਾਲੀ ਤੁਰ ਗਿਆ, ਕੋਈ ਨਿਬਰਾ ਖਾਲੀ ਤੁਰ ਗਿਆ, ਕੋਈ ਸਾਗਤ ਖਾਲੀ ਤੁਰ ਗਿਆ, ਕੋਈ ਰੱਬ ਤੋਂ ਬੇਮੁਖ ਬੰਦਾ ਖਾਲੀ ਤੁਰ ਗਿਆ, ਮਾਫ ਕਰਨਾ ਖਾਲੀ ਤੁਰ ਗਿਆ, ਕੋਈ ਸਾਗਤ ਪੁਰਸ਼ ਖਾਲੀ ਤੁਰ ਗਿਆ। ਪਰ ਗੁਰੂ ਸਾਹਿਬ ਤਾਂ ਕਹਿੰਦੇ ਨੇ ਗੁਰਮੁਖ ਲਾਹਾ ਲੈ ਚੱਲੇ, ਗੁਰਮੁਖ ਕਿੱਥੇ ਖਾਲੀ ਜਾਂਦਾ? ਉਹ ਤਾਂ ਹਰ ਧਨ ਕੇ ਭਰ ਲਿਓ ਭੰਡਾਰ, ਮਾਫ ਕਰਨਾ ਗੁਰੂ ਕੀ ਸੰਗਤ, ਉਹ ਕਿੱਥੇ ਖਾਲੀ ਜਾਂਦਾ? ਤਾਂ ਕਰੋ ਬੇਨਤੀ ਸੁਣੋ ਮਿਰਮੀਤਾ, ਸੰਤ ਟਹਿਲ ਕੀ ਬੇਲਾ, ਇਹਾਂ ਖਾੜ ਚਲੋ ਹਰ ਲਾਹਾ, ਆਗੇ ਬਸਨ ਸਹੇਲਾ। ਖਾਲੀ ਜਾਂਦੇ ਹਨ ਕਰਮਾਂ ਤੁਸੀਂ ਨੇ, ਕਰਮਾਂ ਦੇ ਮਾਰੇ ਪਰਮੇਸ਼ਰ ਤੋਂ ਵਿਮੁਖ, ਪਰ ਖਾਲੀ ਨਹੀਂ ਜਾਂਦੇ। ਗੁਰੂ ਸਾਹਿਬ ਦੱਸਦੇ ਨੇ ਗੁਰਮੁਖ ਲਾਹਾ ਲੈ ਚੱਲੇ, ਗੁਰਮੁਖ ਲਾਹਾ ਲੈ ਚੱਲੇ, ਗੁਰਮੁਖ ਲਾਹਾ ਲੈ ਚੱਲੇ, ਗੁਰਮੁਖ ਲਾਹਾ ਲੈ ਚੱਲੇ, ਗੁਰਮੁਖ ਲਾਹਾ ਮਾਰੇ ਐਸੋ ਕਾਲ ਵਡਾਨੀ ਰੇ। ਪਰ ਪੁੱਛਿਆ ਸੀ ਨਾ ਭਗਤ ਜੀ ਦੇ ਚਰਨਾਂ ਵਿੱਚ ਬੇਨਤੀ ਕਰਕੇ
ਕਿਸੇ ਮੌਕੇ ਆਪ ਜੀ ਦੇ ਸ਼ਰਧਾਲੂ ਨੇ ਬਾਬਾ ਜੀ ਇਹ ਮੌਤ ਇਹਨੇ ਕੋਈ ਛੱਡਿਆ ਹੀ ਨਹੀਂ ਹੈ, ਮੌਤ ਸਭਨਾਂ ਨੂੰ ਲਈ ਜਾਂਦੀ ਹੈ, ਮਾਫ ਕਰਨਾ ਮੌਤ ਕਿਸੇ ਨੂੰ ਛੱਡੇਗੀ ਨਹੀਂ। ਕਹਿੰਦੇ ਨਾ ਨਾ, ਪਹਿਲਾਂ ਰਾਜੇ ਨੂੰ ਫੜਿਆ, ਕਹਿੰਦੇ ਨੇ ਰਾਜੇ ਤੋਂ ਲੈ ਕੇ ਰਾਜਾ ਪ੍ਰਜਾ ਸਮ ਕਰ ਮਾਰੇ, ਮੌਤ ਨੇ ਕਾਲ ਨੇ ਸਭਨਾਂ ਨੂੰ ਇੱਕੋ ਮੌਤ ਮੌਤ ਮਾਰਨਾ ਹੈ, ਕਾਲ ਇੰਨਾ ਬਲਵਾਨ ਹੈ। ਤੇ ਇੱਕ ਤਾਂ ਬਾਣੀ ਦੇ ਗੁਰੂ ਸਾਹਿਬ ਕਹਿੰਦੇ ਮਾਨਸ ਬਪਰਾ ਮੂਸਾ ਕੀਨੋ, ਜਿਹਨੇ ਬਿੱਲੀ, ਅਸੀਂ ਵੈਸੇ ਖਾਲਸਾ ਜੀ ਦੇ ਵਿਚਾਰ ਕਰਕੇ ਵੇਖੀਏ, ਜਿਹਨੇ ਬਿੱਲੀ ਨੂੰ ਵੇਖ ਕੇ ਚੂਹਾ ਅੱਖਾਂ ਬੰਦ ਕਰ ਲਏ, ਕਹਿੰਦੇ ਵਾਹਿਗੁਰੂ, ਜੇ ਬਿੱਲੀ ਨੂੰ ਵੇਖ ਕੇ ਚੂਹਾ ਕਰ ਲਏ ਅੱਖਾਂ ਬੰਦ, ਤੇ ਚੂਹਾ ਇਹ ਸੋਚੇ ਕਿ ਬਿੱਲੀ ਚਲੀ ਗਈ ਹੈ, ਉਹ ਉਸ ਅੱਖਾਂ ਬੰਦ ਕਰਨ ਦੇ ਨਾਲ ਚੂਹੇ ਦਾ ਕਿੰਨਾ ਕੁ ਬਚਾ ਸਕਦਾ, ਕੋਈ ਬਚਾ ਸਕਦਾ ਖਾਲਸਾ, ਮਾਫ਼ ਕਰ ਲਓ, ਕੋਈ ਚੂਹੇ ਦਾ ਬਚਾਅ ਹੋ ਸਕਦਾ ਹੈ, ਕਿ ਉਹਦੀ ਜਾਨ ਬਚ ਸਕਦੀ, ਕਿ ਉਹਦੀ ਕੋਈ ਰੱਖਿਆ ਹੋ ਸਕਦੀ, ਕਿ ਉਹਦਾ ਕੋਈ ਫਾਇਦਾ ਹੋ ਸਕਦਾ ਹੈ। ਮਾਰ ਕਹਿੰਦੇ ਕਿ ਬੰਦੇ ਦੀ ਹਾਲਤ ਮਾਫ਼ ਕਰਨਾ ਇਸ ਤਰ੍ਹਾਂ ਹੈ ਜਿਵੇਂ ਗੁਰੂ ਕੀ ਸੰਗਤ ਚੂਹੇ ਦੇ ਬਿੱਲੀ ਦੇ ਸਾਹਮਣੇ ਚੂਹੇ ਦੀ ਮਾਫ਼ ਕਰਨਾ, ਚੂਹੇ ਦਾ ਕੋਈ ਵਿਚਾਰ ਨਹੀਂ। ਪਰ ਸਾਨੂੰ ਸਾਰਿਆਂ ਨੂੰ ਪਤਾ ਹੈ ਇੱਕ ਦਿਨ ਮਰ ਜਾਣਾ, ਪਰ ਅੱਖਾਂ ਬੰਦ ਕਰਕੇ ਬੈਠੇ ਹਾਂ। ਖਾਲਸਾ ਜੀ, ਮਾਫ਼ ਕਰਨਾ ਬੜੇ ਕਮਕੀ ਵਿਚਾਰ ਹੈ, ਅੱਖਾਂ ਬੰਦ ਕਰਨਾ ਵਿਚਾਰ ਹੈ ਕਿ ਮਾਫ਼ ਕਰਨਾ। ਗੁਰੂ ਕੀ ਸੰਗਤ ਮਹਾਰਾਜ ਕਹਿੰਦੇ ਨੇ ਇੰਨਾ ਕੁਝ ਤੂੰ ਕਰਦਾ ਹੈ, ਮਾਫ਼ ਕਰਨਾ ਜਿੱਥੇ ਦੁਨੀਆਂ ਦੇ ਇੰਨੇ ਨੇ ਕੰਮ ਕਰਦਾ, ਤੂੰ ਮੁਕਤੀ ਦਾ ਹੀਲਾ ਵੀ ਕਰ ਲੈ, ਕੋਈ ਮੁਕਤੀ ਦਾ ਹੀਲਾ ਵੀ ਕਰ ਲੈ, ਮਾਫ਼ ਕਰਨਾ ਗੁਰੂ ਕੀ ਸੰਗਤ ਨਰਕ ਜੋ ਪਾਓ ਮੁਕਤ ਕਰ, ਕੋਈ ਨਰ ਮਾਫ਼ ਕਰਨਾ, ਕੋਈ ਮੁਕਤੀ ਦਾ ਉਪਾਅ ਵੀ ਕਰ ਲੈ, ਕੋਈ ਮੁਕਤੀ ਦਾ ਹੀਲਾ ਵੀ ਕਰ ਲੈ, ਬੜਾ ਕੁਝ ਕੀਤਾ ਦੁਨੀਆਂ ਤੇ, ਉਹ ਦੁਨੀਆਂ ਜਿੱਥੇ ਰਹਿਣਾ ਨਹੀਂ, ਜਿੱਥੋਂ ਚਲਿਆ ਜਾਣਾ ਹੈ, ਮਾਫ਼ ਕਰਨ ਇੱਕ ਸਾਹ ਦਾ ਭਰੋਸਾ ਨਹੀਂ, ਕਹਿ ਦਿਓ ਭਾਈ ਇੱਕ ਸਾਹ ਦਾ ਭਰੋਸਾ ਨਹੀਂ, ਮਾਫ਼ ਕਰਨਾ ਅਗਲਾ ਸਾਹ ਆਵੇ ਕਿ ਨਾ ਆਵੇ, ਤਿਆਰੀਆਂ ਕਿੱਥੇ ਦੀਆਂ ਹੋ ਰਹੀਆਂ ਨੇ, ਜਿੱਥੇ ਰਹਿਣਾ ਨਹੀਂ, ਜੋ ਕਰ ਛੱਡ ਗੁਬਾਵਣ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਦ ਵਰਤਣਾ ਤਿਸਕੀ ਚਿੰਤਾ ਨਾਹੇ, ਬੰਦਾ ਕਦੇ ਨਹੀਂ ਸੋਚਦਾ ਕਿ ਮਰਨ ਤੋਂ ਬਾਅਦ ਮੇਰੀ ਆਗਾਮੀ ਦੁਨੀਆਂ ਦਾ ਕੀ ਗੁਰੂ ਕੀ ਸੰਗਤ ਹਾਲ ਹੋਵੇਗਾ। ਪਰ ਇੱਥੇ ਦੱਸਣਾ ਕੀਤਾ ਮਾਫ਼ ਕਰਨਾ ਕਿ ਕਹਿੰਦੇ ਨੇ ਚਾਹੇ ਰਾਜਾ ਚਾਹੇ ਪ੍ਰਜਾ ਕਾਲ ਨੇ ਸਾਰਿਆਂ ਨੂੰ ਇੱਕੋ ਮੌਤ ਮਾਰਨਾ। ਫਿਰ ਉਸ ਮੌਕੇ ਪੁੱਛਿਆ ਸੀ ਆਪ ਜੀ ਦੇ ਸ਼ਰਧਾਲੂ ਨੇ, ਭਾਵੇਂ ਜੀ ਜਿਹੜੇ ਰੱਬ ਦੇ ਪਿਆਰੇ ਨੇ, ਜਿਹੜੇ ਵਾਹਿਗੁਰੂ ਪਰਮੇਸ਼ਵਰ ਦੇ ਭਗਤ ਨੇ, ਵਾਹਿਗੁਰੂ ਦਾ ਨਾਮ ਜਪਦੇ ਨੇ, ਮਾਫ਼ ਕਰਨ ਉਹਨਾਂ ਬਾਰੇ ਤੁਹਾਡਾ ਕੀ ਖਿਆਲ ਹੈ? ਅੱਗੇ ਕਿਹਾ ਸੀ ਵਾਹ ਉਹਨਾਂ ਦੀਆਂ ਕੀ ਗੱਲਾਂ ਨੇ, ਹਰ ਕੇ ਸੇਵਕ ਜੋ ਹਰ ਪਾਏ ਤਿੰਨ ਕੀ ਕਥਾ ਨਿਰਾਰੀ ਰਹੇ। ਜਿਹੜੇ ਰੱਬ ਦੇ ਪਿਆਰੇ ਨੇ, ਜਿਹੜੇ ਰੱਬ ਨੂੰ ਭਾ ਗਏ, ਜਿਹਨਾਂ ਪਰਮੇਸ਼ਵਰ ਦਾ ਭਜਨ ਕਰਕੇ ਪਰਮੇਸ਼ਵਰ ਦੀ ਖੁਸ਼ੀ ਪ੍ਰਾਪਤ ਕੀਤੀ, ਆ ਭਾਈ ਸ਼ਬਦ ਅਸੀਂ ਜਿਹੜਾ ਕਈ ਨਹੀਂ ਕਹਿੰਦੇ ਨਾ ਭਾਈ ਸਾਹਿਬ ਜੀ, ਮੰਨ ਗਿਆ ਗ੍ਰੰਥੀ ਤੁਹਾਨੂੰ ਕਹਿੰਦੇ ਭਾਈ ਸਾਹਿਬ ਜੀ, ਕਈ ਤਾਂ ਭਾਈ ਸਾਹਿਬ ਨੂੰ ਭਾਈ ਸ਼ਬਦ ਨੂੰ ਵਾਧੂ ਜਿਹਾ ਸਮਝਦੇ ਨੇ, ਇਹ ਭਾਈ ਸ਼ਬਦ ਉਹਨੂੰ ਮਿਲਦਾ ਸੀ, ਇਹ ਗੁਰੂ ਦੀ ਬਖਸ਼ਿਸ਼ ਸੀ, ਇਹ ਭਾਈ ਸ਼ਬਦ ਬਣਿਆ ਭਾਓ ਤੂੰ, ਕਹੋ ਵਾਹਿਗੁਰੂ, ਭਾਓ ਤੂੰ ਭਾਓ ਤੂੰ ਭਾਓ ਤੂੰ, ਭਾਈ ਸ਼ਬਦ ਬਣਿਆ ਕਿਵੇਂ, ਜਿਹੜਾ ਗੁਰੂ ਸਾਹਿਬ ਦੇ ਮਨ ਨੂੰ ਭਾ ਜਾਂਦਾ ਸੀ, ਗੁਰੂ ਦੇ ਮਨ ਨੂੰ ਭਾ ਜਾਂਦਾ ਸੀ ਉਹਨੂੰ ਭਾਈ, ਜਿਵੇਂ ਕਹਿੰਦੇ ਯਾਰ ਤੇਰੀ ਗੱਲ ਮੇਰੇ ਮਨ ਨੂੰ ਭਾਈ, ਤੇਰੀ ਗੱਲ ਮੇਰੇ ਮਨ ਨੂੰ ਭਾਈ ਨਹੀਂ, ਜਿਹਦਾ ਅਰਥ ਹੈ ਕਿ ਤੇਰੀ ਗੱਲ ਮੇਰੇ ਮਨ ਨੂੰ ਚੰਗੀ ਨਹੀਂ ਲੱਗੀ। ਭਾਈ ਸ਼ਬਦ ਉਹਨਾਂ ਗੁਰਸਿੱਖਾਂ ਦੇ ਉੱਤੇ ਬਖਸ਼ਿਸ਼ ਹੁੰਦੀ ਸੀ, ਮਾਫ਼ ਕਰਨਾ ਗੁਰੂ ਕੀ ਸੰਗਤ ਜਿਹਦੇ ਤੇ ਗੁਰੂ ਦੀ ਬਖਸ਼ਿਸ਼ ਹੁੰਦੀ ਸੀ, ਇੱਥੇ ਵੀ ਮਾਫ਼ ਕਰਨਾ ਭਗਤ ਜੀ ਕਹਿੰਦੇ ਨੇ ਹਰ ਕੇ ਸੇਵਕ ਜੋ ਹਰ ਪਾਏ ਤਿੰਨ ਕੀ ਕਥਾ ਨਰਾਰੀ ਰੇ, ਆਵਾ ਨਾ ਜਾਵੇ ਕਬੂ ਮਾਤੇ ਪਾਰ ਬ੍ਰਹਮ ਸੰਗਾਰੀ ਰੇ। ਉਹ ਰੱਬ ਦੇ ਬੰਦਿਆਂ ਦੀਆਂ ਗੱਲਾਂ ਦੁਨੀਆਂ ਤੋਂ ਕਹਿੰਦੇ, ਉਹਨਾਂ ਦਾ ਆਉਣਾ ਵੱਖਰਾ, ਉਹਨਾਂ ਦਾ ਜਾਣਾ ਵੱਖਰਾ, ਜਿਹੜਾ ਧਿਆਨ ਦੇਣਾ ਪਵੇਗਾ ਗੁਰੂ ਕੀ ਸੰਗਤ। ਇੱਥੇ ਵਿਚਾਰ ਚੱਲੀ ਸੀ ਬਿੱਲੀ, ਮਾਫ਼ ਕਰਨ ਆਪ ਜੀ ਨੇ ਬਿੱਲੀ ਦੇਖੀ ਹੋਣੀ, ਬਿੱਲੀ ਆਪਣੇ ਮਾਫ਼ ਕਰਨ ਆਪਣੇ ਬੱਚਿਆਂ ਨੂੰ ਆਪਣੇ ਮੂੰਹ ਪੰਜਿਆਂ ਚ ਲੈ ਕੇ ਸੱਤਾਂ ਦੇ ਲਈਆਂ, ਯਾਨੀ ਸੱਤਾਂ ਘਰਾਂ ਦੇ ਵਿੱਚ ਫਰਾਉਂਦੀ ਹੈ, ਆਪਣੇ ਮੂੰਹ ਔਰ ਆਪਣੇ ਪੰਜਿਆਂ ਚ ਰੱਖਦੀ ਹੋਈ ਬਿੱਲੀ
ਆਪਣੇ ਬੱਚਿਆਂ ਨੂੰ ਦੰਦ ਨੂੰ ਯਾਦ ਤੱਕ ਨਹੀਂ ਲੱਗਣ ਦਿੰਦੀ, ਕੋਈ ਕਸ਼ਟ ਨਹੀਂ ਹੋਣ ਦਿੰਦੀ। ਮਾਫ ਕਰਨਾ ਗੁਰੂ ਕੀ ਸੰਗਤ, ਬਿੱਲੀ ਆਪਣੇ ਬੱਚਿਆਂ ਨੂੰ ਆਪਣੇ ਮੂੰਹ ਪੰਜਿਆਂ ਚ ਲੈ ਕੇ ਸੱਤਾ ਦੇ ਰਹੀ ਹੈ, ਜਾਣੀ ਸੱਤਾ ਘਰਾਂ ਵਿੱਚ ਲੈ ਜਾਂਦੀ ਹੈ, ਫਰਾਉਂਦੀ ਹੈ, ਕੋਈ ਕਸ਼ਟ ਨਹੀਂ ਹੋਣ ਦਿੰਦੀ, ਕੋਈ ਦੁੱਖ ਨਹੀਂ ਹੋਣ ਦਿੰਦੀ, ਮਾਫ ਕਰਨਾ। ਦੂਜੇ ਪਾਸੇ ਜੇਕਰ ਬਿੱਲੀ ਦੇ ਉਸੇ ਮੂੰਹ ਚ ਕੋਈ ਸਤਸੰਗ ਜੀ ਚੂਹਾ ਫਸ ਜਾਏ, ਬਿੱਲੀ ਚੂਹੇ ਦੀ ਕੈਸੀ ਦੁਰਦਸ਼ਾ ਕਰਦੀ ਹੈ, ਰਗੜ ਕੇ ਰੱਖ ਦਿੰਦੀ ਹੈ, ਮਰੋੜ ਕੇ ਰੱਖ ਦਿੰਦੀ, ਮਾਫ ਕਰਨ ਅਸੀਂ ਸਾਰੇ ਜਾਣਦੇ ਮਾਫ ਕਰਨਾ। ਇਸੀ ਦ੍ਰਿਸ਼ਟਾਂਤ ਦਾ ਦ੍ਰਿਸ਼ਟਾਂਤ ਕੀ ਹੈ, ਜਿਵੇਂ ਬਿੱਲੀ ਦਾ ਵਰਤਾਰ ਆਪਣੇ ਬੱਚਿਆਂ ਦੇ ਨਾਲ ਹੈ, ਬਿੱਲੀ ਆਪਣੇ ਬੱਚਿਆਂ ਨੂੰ ਬੜੇ ਪਿਆਰ ਨਾਲ ਆਪਣੇ ਮੂੰਹ ਪੰਜਾਂ ਚ ਲੈ ਕੇ ਸੱਤਾ ਦੇਣੀ ਜਾਣੀ ਸੱਤਾ ਘਰਾਂ ਚ ਫਰਾਉਂਦੀ ਹੈ। ਇਵੇਂ ਮੌਤ ਦਾ ਵਰਤਾਰਾ ਗੁਰਮੁਖਾਂ ਗੁਰਸਿੱਖਾਂ ਨਾਮ ਜਪਣ ਵਾਲੇ ਸੰਤਾਂ ਭਗਤਾਂ ਵਾਹਿਗੁਰੂ ਪਰਮੇਸ਼ਰ ਦੇ ਪਿਆਰਿਆਂ ਨਾਲ ਹੈ। ਜਿਹੜੀ ਮਾਫ ਕਰਨ ਮੌਤ ਹੈ, ਜਿਵੇਂ ਬਿੱਲੀ ਆਪਣੇ ਬੱਚਿਆਂ ਨੂੰ ਮੂੰਹ ਪੰਜਿਆਂ ਚ ਲੈ ਕੇ ਸੱਤਾਂ ਦੇਣੀਆਂ ਲੈ ਜਾਣ ਫਰਾਉਂਦੀ ਹੈ, ਘਰਾਂ ਚ ਲੈ ਜਾਂਦੀ ਹੈ, ਇਸ ਤਰ੍ਹਾਂ ਜਿਹੜੀ ਮੌਤ ਹੈ ਨਾਮ ਜਪਣ ਵਾਲਿਆਂ ਨੂੰ ਬੇਬਾਨਾਂ ਦੇ ਵਿੱਚ ਬਿਠਾ ਕੇ ਸੱਚਖੰਡ ਨੂੰ ਲੈ ਜਾਂਦੀ ਹੈ। ਜਿਵੇਂ ਬਿੱਲੀ ਦਾ ਵਰਤਾਰਾ ਗੁਰੂ ਕੀ ਸੰਗਤ ਚੂਹੇ ਦੇ ਨਾਲ ਹੈ, ਮਾਫ ਕਰਨਾ ਬਿੱਲੀ ਚੂਹੇ ਦੀ ਕੈਸੀ ਦੁਰਦਸ਼ਾ ਕਰਦੀ, ਇਵੇਂ ਮੌਤ ਦਾ ਵਰਤਾਰਾ ਮਨਮੁੱਖ ਸਾਧਤਾਂ ਨਿਬੁਰਿਆਂ ਵਾਹਿਗੁਰੂ ਤੋਂ ਭੁੱਲਿਆ ਲੋਕਾਂ ਦੇ ਨਾਲ ਪੁੱਛਿਆ ਸੀ ਨਾ ਭਗਤ ਕਬੀਰ ਜੀ ਦੇ ਚਰਨਾਂ ਵਿੱਚ, ਕਿਸੇ ਮੌਕੇ ਆਪ ਜੀ ਦੇ ਸ਼ਰਧਾਲੂਆਂ ਨੇ ਬੇਨਤੀ ਕਰਕੇ ਕਿ ਬਾਬਾ ਜੀ ਸੁਣਿਆ ਕਿ ਜਦੋਂ ਮਨਮੁੱਖ ਦੀ ਮੌਤ ਹੁੰਦੀ, ਸਾਗਰ ਦੀ ਮੌਤ ਹੁੰਦੀ, ਰੱਬ ਤੋਂ ਬੇਮੁੱਖ ਦੀ ਮੌਤ ਹੁੰਦੀ, ਨਗੁਰੇ ਦੀ ਮੌਤ ਹੁੰਦੀ, ਬਾਬਾ ਜੀ ਸੁਣਿਆ ਕਿ ਉਹਨੂੰ ਉਦੋਂ ਮਨਮੁੱਖ ਬੰਦਿਆਂ ਨੂੰ ਲੈਣ ਵਾਸਤੇ ਮੌਤ ਆਉਂਦੀ ਹੈ, ਮਾਫ ਕਰਨਾ ਸੁਣਿਆ ਕਿ ਉਹ ਜਮ ਲੈਣ ਵਾਸਤੇ ਆਉਂਦੇ ਨੇ, ਮੌਤ ਲੈਣ ਵਾਸਤੇ ਆਉਂਦੀ ਹੈ, ਬਾਬਾ ਜੀ ਸੁਣਿਆ ਕਿ ਉਹ ਜਮਾਂ ਦੀ ਮਾਰ ਜਿਹੜੀ ਬੜੀ ਕਰੜੀ ਹੈ, ਬੜੀ ਡਾਢੀ ਹੈ, ਕਿਰਪਾ ਕਰਕੇ ਆਪ ਸਮਝਾਉਣਾ ਕਰੋ। ਉਸ ਮੌਕੇ ਭਗਤ ਕਬੀਰ ਜੀ ਨੇ ਆਹ ਸ਼ਬਦ ਉਚਾਰਨ ਕਰਦੇ ਸਮਝਾਇਆ ਸੀ, ਲੱਗੇ ਕਰਨ ਉਹ ਬੱਲੇ 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 ਕਬੀਰ ਚਮਕਾ ਠੇਂਗਾ ਬੁਰਾ ਹੈ, ਅਸੀਂ ਆਪਣੀ ਬੋਲੀ ਚ ਹੰਟਰ ਕਹਿ ਦਿੰਦੇ ਹਾਂ। ਮਾਫ ਕਰਨਾ ਕਬੀਰ ਜੀ ਨੇ ਉਸ ਇਲਾਕੇ ਦੀ ਬੋਲੀ ਠੇਂਗੇ ਸ਼ਬਦ ਦੀ ਵਰਤੋਂ ਕੀਤੀ ਹੈ, ਲੱਗੇ ਕਰਨ ਬੱਲੇ ਬੱਲੇ ਬੱਲੇ। ਖਾਲਸਾ ਜੀ ਦੇ ਗੁਰੂ ਗ੍ਰੰਥ ਸਾਹਿਬ ਬਾਣੀ ਪੜ੍ਹ ਕੇ ਵੇਖੀ ਹੈ, ਇੱਕ ਵਾਰੀ ਕਹਿ ਦੇ ਵਾਹਿਗੁਰੂ ਮਾਫ ਕਰਨਾ। ਖਾਲਸਾ ਜੀ ਬੰਦੇ ਦੀ ਹਾਲਤ ਪਤਾ ਕਿਸ ਤਰ੍ਹਾਂ, ਇੱਕ ਪਾਸੇ ਧਰਮ ਰਾਜਾ ਬੈਠਾ, ਇੱਕ ਪਾਸੇ ਜਮਦੂਤ ਖੜੇ ਨੇ, ਇੱਕ ਪਾਸੇ ਚਿੱਤਰ ਗੁਪਤ ਇਹਦੀ ਜ਼ਿੰਦਗੀ ਦੀਆਂ ਵਹੀਆਂ ਲੈ ਕੇ, ਮਾੜੇ ਚੰਗੇ ਕਰਮ ਜੋ ਬੰਦਾ 24 ਘੰਟੇ ਚ ਕਰਦਾ, ਇਹਦੇ ਇੱਕ ਮੋਢੇ ਤੇ ਚਿੱਤਰ, ਇੱਕ ਤੇ ਗੁਪਤ, 24 ਘੰਟੇ ਦੇ ਵਿੱਚੋਂ 12 ਘੰਟੇ ਦੇ ਕਰਮ ਇਹਦੇ ਚਿੱਤਰ ਲਿਖਦਾ, ਤੇ 12 ਘੰਟੇ ਦੇ ਮਾਫ਼ ਕਰਨਾ ਕਰਮ ਇਹਦੇ ਜਿਹੜੇ ਗੁਪਤ ਲਿਖਦਾ। ਮਾਫ਼ ਕਰਨਾ ਗੁਰੂ ਕੀ ਸੰਗਤ, ਐਵੇਂ ਨੀ ਕਿ ਚਿੱਤਰ ਗੁਪਤ ਜਦ ਲੇਖਾ ਮੰਗੇ ਤਦ ਕਿਆ ਮੁੱਖ ਲੈ ਕੇ ਜਾਏਗਾ, ਇਹਨਾਂ ਨੇ ਜਾ ਕੇ ਅੱਗੇ ਵਹੀਆਂ ਧਰਮ ਰਾਜ ਦੇ ਅੱਗੇ ਇਹ ਰੱਖ ਦੇਣੀਆਂ ਨੇ ਕਿ ਇਹ ਬੰਦਾ ਆਪਣੀ ਜ਼ਿੰਦਗੀ ਚ ਆ ਕਰਮ ਕਰਦਾ ਰਿਹਾ ਹੈ। ਫਿਰ ਜਦੋਂ ਲੈਣ ਵਾਸਤੇ ਮਾਫ਼ ਕਰਨਾ ਗੁਰੂ ਕਿਸਨ ਤੇ ਨੂੰ ਜਮਦੂਤ ਆਉਂਦੇ ਨੇ, ਗੁਰਬਾਣੀ ਦੱਸਣਾ ਕੀਤਾ ਨਾਨਕ ਜਨ ਤੋਂ ਪਾਏ ਕੈ ਲਿਖ, ਨਾਵੇ ਧਰਮ ਬਹਾਲਿਆ ਉੱਥੇ ਸੱਚੋ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜ ਮਾਲਿਆ। ਉਹ ਧਰਮਰਾਜ ਜੀ ਦੀ ਦਰਗਾਹ ਦੇ ਵਿੱਚ ਝੂਠ ਤੇ ਸੱਚ ਦਾ ਨਵੇੜਾ ਹੋਣਾ ਹੈ, ਪਰ ਥਾਂ ਨਾ ਪਾਏ ਨਕੂੜ ਯਾਰ, ਜਿਹੜੇ ਝੂਠੇ ਬੰਦੇ ਨੇ, ਜਿਹੜੇ ਪਾਪੀ ਬੰਦੇ ਨੇ, ਜਿਹਨਾਂ ਨੇ ਮਨੁੱਖਾ ਜਨਮ ਪ੍ਰਾਪਤ ਕਰਕੇ ਵੀ ਚੰਗਾ ਕੰਮ ਨਹੀਂ ਕੀਤਾ, ਉਹਨਾਂ ਵਾਸਤੇ ਪਰਮੇਸ਼ਰ ਦੇ ਘਰ ਵਿੱਚ ਕੋਈ ਵੀ ਥਾਂ ਨਹੀਂ ਹੈ। ਥਾਂ ਨਾ ਪਾਏ ਨਕੂੜ ਯਾਰ, ਫਿਰ ਮੂੰਹ ਕਾਲੇ, ਉਹਨਾਂ ਦਾ ਮੂੰਹ ਕਾਲਾ ਕਰਕੇ ਉਹਨਾਂ ਨੂੰ ਘੋਰ ਨਰਕ ਦੇ ਵਿੱਚ ਲਿਜਾਇਆ ਜਾਂਦਾ ਹੈ। ਥਾਉ ਨਾ ਪਾਇਨ ਕੂੜਿਆਰ, ਮੂੰਹ ਕਾਲੇ ਦੂਜ ਚਾਲਿਆ, ਮਾਫ਼ ਕਰਨਾ ਤੇਰੇ ਨਾਏ ਰੱਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ, ਲਿਖ ਨਾਵੇ ਧਰਮ ਬਹਾਲਿਆ। ਇੱਥੇ ਗੁਰਬਾਣੀ ਚ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ, ਨਕਸ਼ਾ ਖਿੱਚਿਆ ਗੁਰੂ ਸਾਹਿਬ ਨੇ
ਮਨ ਪ੍ਰਮੋਦਨ ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਭੌਰ ਸਦਾਇਆ। ਆਪਣੀ ਮਰਜ਼ੀ ਦੇ ਨਾਲ ਕੀ, ਸਾਡਾ ਤਾਂ ਜੀ ਸਟੈਂਡਰਡ ਆਫ ਲਿਵਿੰਗ ਹੀ ਬੜਾ ਉੱਚਾ ਹੈਗਾ ਜੀ। ਅਸੀਂ ਗੁਰਦੁਆਰੇ ਕਿਵੇਂ ਜਾਈਏ ਜੀ, ਜਿਵੇਂ ਰਾਜਪੂਤ ਰਾਜਿਆਂ ਨੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤ ਵਾਟਾ ਤਿਆਰ ਕੀਤਾ ਨਾ, ਇਹ ਜਿੰਨੇ ਵੀ ਰਿਆਸਤਾਂ ਦੇ ਮਾਲਕ ਸਨ, ਵਡੱਪਣ ਸੀ, ਗੁਰਬਾਣੀ ਦੱਸਦੀ ਚੜ ਜਾਏ ਤੇ ਵਡੱਪਣਾ, ਉਸ ਵਡੱਪਣ ਨੂੰ ਤਾਂ ਅੱਗ ਲੱਗ ਜੇ ਜਿਹੜਾ ਗੁਰੂ ਚਰਨਾਂ ਵਿੱਚ ਲੱਗਣ ਨਹੀਂ ਦਿੰਦਾ। ਕਹਿ ਦਿਓ ਵਾਹਿਗੁਰੂ ਮਹਾਰਾਜ ਚੜ ਜਾਏ। ਉਹ ਰਾਜਪੂਤ ਰਾਜਿਆਂ ਨੂੰ ਕਲਗੀ ਧਰ ਪਾਤਸ਼ਾਹ ਜੀ ਨੇ ਕਿਹਾ, ਜਿੰਨੇ ਵੀ ਯਾਰ ਬਾਈ ਧਰ ਦੇ ਰਾਜੇ ਸਨ, ਇਹਨਾਂ ਵਾਕਿਆ ਤੁਸੀਂ ਵੀ ਅੰਮ੍ਰਿਤ ਛਕ ਲਓ, ਗੁਰੂ ਵਾਲੇ ਬਣ ਜਾਓ। ਇਹ ਲੱਗੇ ਕਰਮ ਮਹਾਰਾਜ, ਕਿਉਂਕਿ ਅੰਮ੍ਰਿਤ ਛਕਾਉਣ ਸਮੇਂ ਸਤ ਸੰਗਤ ਜੀ ਜਾਤਾਂ ਪਾਤਾਂ ਦਾ ਖੰਡਨ ਮੰਡਨ ਕੀਤਾ ਸੀ। ਗੁਰੂ ਸਾਹਿਬ ਨੇ ਜਾਤਾਂ ਤੋੜ ਕੇ ਸਾਰਿਆਂ ਨੂੰ, ਅਨੇਕਾਂ ਜਾਤਾਂ ਨੂੰ ਤੋੜ ਕੇ ਇੱਕ ਖਾਲਸੇ ਦੀ ਸਿਰਜਣਾ ਕੀਤੀ ਸੀ। ਜਦੋਂ ਇਹਨਾਂ ਨੂੰ ਅੰਮ੍ਰਿਤ ਛਕਣ ਵਾਸਤੇ ਕਿਹਾ ਗਿਆ ਤੇ ਗੁਰੂ ਸਾਹਿਬ ਨੂੰ ਲੱਗੇ ਕਹਿਣ, ਕਹਿੰਦੇ ਕਿ ਮਹਾਰਾਜ ਅਸੀਂ ਇਹਨਾਂ ਨਾਈਆਂ ਛੀਂਬਿਆਂ ਜੱਟਾਂ ਝੂੜਾਂ ਦਾ ਜੂਠਾ ਖਾਣ ਵਾਸਤੇ ਹਾਂ, ਜੇਕਰ ਸਾਨੂੰ ਅੰਮ੍ਰਿਤ ਛਕਾਉਣਾ ਤਾਂ ਸਾਨੂੰ ਵੱਖਰਾ ਪਾਟਾ ਤਿਆਰ ਕਰਕੇ ਅੰਮ੍ਰਿਤ ਛਕਾਓ। ਕਿਉਂਕਿ ਉਸ ਜ਼ਮਾਨੇ ਸਾਡੇ ਭਾਰਤ ਵਿੱਚ ਜਾਤ ਪਾਤ ਦਾ ਬੜਾ ਬੋਲਬਾਲਾ ਸੀ। ਗੁਰੂ ਸਾਹਿਬ ਨੇ ਦੂਜੀ ਵਾਰੀ ਕਿਹਾ, ਜਦੋਂ ਦੂਜੀ ਵਾਰੀ ਕਿਹਾ ਮਾੜੇ ਕਰਮ ਨੇ ਮਾਫ਼ ਕਰਨਾ, ਫਿਰ ਤੀਜੀ ਵਾਰੀ ਕਿਹਾ, ਜਦੋਂ ਤੀਜੀ ਵਾਰੀ ਵਚਨ ਕੀਤਾ ਵੀ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਜਾਓ, ਕਹਿਣਗੇ ਮਹਾਰਾਜ ਅਸੀਂ ਉੱਚੀ ਜਾਤ ਦੇ ਹਾਂ, ਮਹਾਰਾਜ ਅਸੀਂ ਇਹਨਾਂ ਨੀਵਿਆਂ ਦੇ ਵਿੱਚ ਅੰਮ੍ਰਿਤ ਨਹੀਂ ਛਕਣਾ, ਪਰ ਗੁਰੂ ਨਾਨਕ ਦਾ ਘਰ ਤਾਂ ਹੈ ਹੀ ਨੀਵਿਆਂ ਦਾ ਘਰ। ਉਸ ਮੌਕੇ ਦਸਵੇਂ ਪਾਤਸ਼ਾਹ ਲੱਗੇ ਕਹਿਣ, ਜਾਓ ਜਿਹੜੇ ਮੇਰੇ ਸਿੱਖ ਅੱਜ ਨਾਈ ਛੀਂਬੇ ਜੱਟ ਝੂਰ ਮਾਫ਼ ਕਰਨਾ ਕਹਿੰਦੇ ਹੋ, ਸਮਾਂ ਆਉਣ ਤੇ ਦੁਨੀਆਂ ਦੇ ਲੋਕੀ ਇਹਨਾਂ ਨੂੰ ਸਰਦਾਰ ਕਹਿ ਕੇ ਬੁਲਾਇਆ ਕਰਨਗੇ, ਪਰ ਮਾਫ਼ ਕਰਨਾ ਦੁਨੀਆਂ ਦੇ ਲੋਕੀ ਇਹਨਾਂ ਨੂੰ ਸਰਦਾਰ ਕਹਿ ਕੇ ਬੁਲਾਇਆ ਕਰਨਗੇ, ਜਿਨਕੀ ਜਾਤ ਬਰਨ ਕੁਲ ਮਾਹੀ ਸਰਦਾਰੀ ਨਾ ਬਈ ਕਤਾਹੀ, ਇਨਹੀਂ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ। ਆਉਣ ਵਾਲੇ ਸਮੇਂ ਚ ਇਨ ਫਿਊਚਰ ਆਉਣ ਵਾਲੇ ਵਕਤ ਵਿੱਚ ਇਹਨਾਂ ਮੇਰੇ ਸਿੱਖਾਂ ਨੂੰ ਜਿਹਨਾਂ ਤੁਸੀਂ ਨਾਈ ਛੀਂਬੇ ਜੱਟ ਝੂਰ ਕਹਿੰਦੇ ਹੋ, ਇਹਨਾਂ ਨੂੰ ਲੋਕੀ ਸਰਦਾਰ ਕਹਿ ਕੇ ਬੁਲਾਇਆ ਕਰਨਗੇ, ਪਰ ਜਾਓ ਸਮਾਂ ਆਉਣ ਤੇ ਤੁਸੀਂ ਇਹਨਾਂ ਦੀਆਂ ਮੱਝਾਂ ਗਊਆਂ ਨੂੰ ਪੱਠੇ ਪਾਇਆ ਕਰੋਗੇ। ਖਾਲਸਾ ਜੀ ਵਚਨ ਕਰ ਦਿੱਤਾ, ਜੇ ਝਾਤੀ ਮਾਰ ਕੇ ਵੇਖ ਲਓ ਯੂਪੀ ਬਿਹਾਰ ਦੇ ਭਈਏ ਪੰਜ ਪਿੰਡਾਂ ਦੇ ਵਿੱਚ ਕੀ ਕਰਦੇ ਨੇ, ਇਹ ਵੱਡੀਆਂ ਜਾਤਾਂ ਦੇ ਨਾਲ ਹੀ ਸੰਬੰਧ ਰੱਖਦੇ ਸਨ। ਮਾਫ਼ ਕਰਨਾ, ਇੱਥੇ ਗੁਰੂ ਸਾਹਿਬ ਫਰਮਾਉਂਦੇ ਨੇ ਆਪੀ ਨੇ ਭੋਗ ਭੋਗ ਕਹਿ ਹੋਏ ਭਸਮੜ ਭੌਰ ਸਦਾਇਆ, ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਟ ਚਲਾਇਆ, ਗਲ ਸੰਗਲ ਘੱਟ ਚਲਾਇਆ, ਮੈਂ ਬਹੁਤ ਵੱਡਾ, ਮੇਰਾ ਸਟੈਂਡਰਡ ਆਫ ਲਿਵਿੰਗ ਬਹੁਤ ਉੱਚਾ ਹੈ, ਮੈਂ ਜੀ ਮਾਫ਼ ਕਰਨਾ, ਮਾਫ਼ ਕਰਨਾ ਗੁਰੂ ਕੀ ਸੰਗਤ, ਮੈਂ ਗੁਰੂ ਕੀ ਸੰਗਤ, ਕਈ ਤਾਂ ਸੰਗਤ ਚ ਆ ਕੇ ਬੈਠਣਾ ਆਪਣੀ ਸ਼ਾਨ ਦੇ ਖਿਲਾਫ਼ ਸਮਝਦੇ ਨੇ, ਮਾਫ਼ ਕਰਨਾ ਕੀ ਅੰਮ੍ਰਿਤ ਛਕਣਾ ਆਪਣੀ ਸ਼ਾਨ ਦੇ ਖਿਲਾਫ਼ ਸਮਝਦੇ ਨੇ, ਪਰ ਗੁਰੂ ਸਾਹਿਬ ਕਹਿੰਦੇ ਨੇ ਜਿਹੜੇ ਦੁਨੀਆਦਾਰੀ ਵਿੱਚ ਆ ਕੇ ਅਸੀਂ ਬੜੇ ਵੱਡੇ ਹੋ ਗਏ, ਪਰ ਗੁਰੂ ਸਾਹਿਬ ਕਹਿੰਦੇ ਨੇ ਜਦੋਂ ਅੰਤਮ ਸਮਾਂ ਆਇਆ ਨਾ, ਉਹਨਾਂ ਦੇ ਗਲ ਵਿੱਚ ਵਕਤ ਆਖਰ ਜਮਦੂਤਾਂ ਨੇ ਸੰਗਲ ਵੀ ਵੱਡੇ ਪਾਉਣੇ ਨੇ। ਖਾਲਸਾ ਜੀ ਵੱਡਾ ਹੋਵਾ ਦੁਨੀਦਾਰ ਗਲ, ਗਲ ਬਾਣੀ ਸਮਝੋ, ਗਲ ਸੰਗਲ ਘੱਟ, ਗਲ ਸੰਗਲ ਘੱਟ ਚ ਲਾਇਆ, ਉਹਦੇ ਗਲ ਚ ਵੱਡੇ ਵੱਡੇ ਸੰਗਲ ਪਾ ਕੇ ਗਲ ਸੰਗਲ ਘੱਟ ਚ ਲਾਇਆ ਤੇ ਅੱਗੇ ਕਰਨੀ ਕੀਰਤ ਵਾਚੀ ਹੈ। ਅੱਗੇ ਧਰਮ ਰਾਜਾ ਬੈਠਾ, ਧਰਮ ਰਾਜੇ ਨੂੰ ਹੁਕਮ ਹੈ, ਮੈਂ ਸੱਚਾ ਨਿਆਉ ਕਰੇ ਉਹਨੂੰ ਹੁਕਮ ਹੈ ਪਰਮੇਸ਼ਰ ਦਾ, ਵੇਖੀ ਇੱਥੇ ਰਹਿਤ ਨਾ ਕਈ ਜੇ ਇੱਥੇ ਰਿਸ਼ਵਤ ਦੇ ਕੇ ਆਪਾਂ ਮਰ ਜਾਂਦੇ ਡਿਗਰੀ, ਪਰ ਉੱਥੇ ਰਿਸ਼ਵਤਾਂ ਨਹੀਂ ਚੱਲਣੀਆਂ, ਉੱਥੇ ਮਾਫ਼ ਕਰਨਾ ਇੱਕ ਗੁਰੂ ਪੀਰ ਨੇ ਬਾਂਹ ਫੜਨੀ ਹੈ। ਕਹਿ ਦਿਓ ਵਾਹਿਗੁਰੂ ਮਾਫ਼ ਕਰਨਾ, ਉੱਥੇ ਕਿਸੇ ਨੇ ਇਹਦੇ ਨਾਲ ਨਹੀਂ ਜਾਣਾ। ਪਰ ਅੱਗੇ ਗੁਰੂ ਸਾਹਿਬ ਫਰਮਾਉਂਦੇ ਨੇ ਮਾਫ਼ ਕਰਨਾ, ਗਲ ਸੰਗਲ ਘੱਟ ਜਲਾਇਆ, ਅੱਗੇ ਕਰਨੀ ਕੀਰਤ ਵਾਚੀ ਹੈ ਬੈਰ, ਅੱਗੇ ਬਹਿ ਜਾ, ਅੱਗੇ ਕਰਨੀ ਕੀਰਤ ਵਾਚੀ ਹੈ ਬੈਰ, ਬੈਰ ਬੈ ਬਈ ਬੈਰ ਕਸੂ ਨਹੀਂ, ਬਾ ਲੇਖਾ ਕਸਮ ਜਾਇਆ ਕਰਦਾ ਰਹੀ
ਜੀਵਨ ਦਾ ਤਰਸ ਕਰੋ ਗੁਰਬਾਣੀ ਸੋਝੀ ਬਖਸ਼ੀ ਇੱਕ ਵਾਰੀ ਕਹਿ ਦੋ ਵਾਹਿਗੁਰੂ ਦੇ ਦੁਆਰ ਅਣਖ ਪਰਦੇ ਮੈਂ ਪਰ ਦਾਰਾ ਸੰਗ ਫੰਕ ਹੈ ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪਰਦਾ ਤੇਰਾ ਢੱਕੈ ਖਾਲਸਾ ਦੀ ਕਮਾਲ ਕਰ ਦਿੱਤੀ ਬਾਣੀ ਕੋਈ ਚਾਰਨ ਕਰਨ ਵਾਲੀ ਪਾਗਾਂ ਵਾਲਿਓ ਜਿਵੇਂ ਕੋਈ ਚੋਰ ਚੋਰੀ ਕਰਦਾ ਸਨ ਤੇ ਪਕੜਿਆ ਜਾਵੇ ਉਹਦੇ ਪਰ ਮੁਕਰ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ ਗੁੰਜਾਇਸ਼ ਹੁੰਦੀ ਹੈ ਮਾਫ਼ ਕਰਨਾ ਖਾਲਸਾ ਜੀ ਉਹ ਮਾਫ਼ ਕਰਨਾ ਗੁਰੂ ਕਿਸ ਅੱਗੇ ਕਰਨੀ ਕੀਰਤ ਵਾਚੀ ਹੈ ਬੈ ਲੇਖਾ ਕਰ ਸਮਝਾਇਆ ਪਰ ਜਦੋਂ ਲੇਖਾ ਬਚਿਆ ਗਿਆ ਨਿਕਲਿਆ ਕੀ ਸਾਰੀ ਜ਼ਿੰਦਗੀ ਦਾ ਮਾੜੇ ਕੁਕਰਮ ਨਿਕਲੇ ਧਰਮ ਰਾਜਾ ਕੀ ਕਹਿੰਦਾ ਕਹਿੰਦਾ ਮਹਾਰਾਜ ਦੇ ਸਿਰ ਤੇ ਜੁੱਤੀਆਂ ਪਰ ਜੁੱਤੀਆਂ ਕੀ ਥਾਉ ਨਾ ਹੋਵੀ ਪਾਉਂਦੀ ਥਾਉ ਨਾ ਹੋਵੀ ਪਾਉਂਦੀ ਸਾਰੇ ਪੜੋ ਥਾਉ ਨਾ ਹੋਵੀ ਪਾਉਂਦੀ ਮਾਫ਼ ਕਰਨਾ ਗੁਰੂ ਸਾਹਿਬ ਕਹਿੰਦੇ ਜੁੱਤੀਆਂ ਖਾਂਦੇ ਨੂੰ ਫਿਰ ਵਾਰ ਨਹੀਂ ਆਉਣੀ ਤੇ ਜਿਹਨੂੰ ਜੁੱਤੀਆਂ ਪੈਂਦੀਆਂ ਨੇ ਉਹ ਰੋਂਦਾ ਜ਼ਰੂਰ ਜਿਹਨੂੰ ਜੁੱਤੀਆਂ ਪੈਂਦੀਆਂ ਨੇ ਉਹ ਰੋਂਦਾ ਜ਼ਰੂਰ ਥਾਉਣ ਹੋਵੀ ਪਾਉਂਦੀ ਮਾਫ਼ ਕਰ ਹੁਣ ਸੁਣੀਏ ਕਿਆ ਰੋਇਆ ਰੋਂਦਾ ਪਰ ਮਹਾਰਾਜ ਕਹਿੰਦੇ ਹੁਣ ਤੇਰਾ ਰੋਣਾ ਕੌਣ ਸੁਣੇਗਾ ਨੌਵੇਂ ਪਾਤਸ਼ਾਹ ਨੇ ਨਕਸ਼ਾ ਖਿੱਚਿਆ ਕਰਨੋ ਹੁਤੋ ਸੋ ਨਾ ਕੀਓ ਕਰਨੋ ਹੁਤੋ ਸੋ ਜੋ ਤੂੰ ਕਰਨਾ ਸੀ ਉਹ ਤੇ ਕੀਤਾ ਹੀ ਕਰਨਾ ਸੀ ਨਾਮ ਜਪਣਾ ਸੀ ਕਰਨਾ ਸੀ ਗੁਰੂ ਵਾਲਾ ਬਣਨਾ ਸੀ ਕਰਨਾ ਸੀ ਸਤ ਸੰਗਤ ਕਰਨੀ ਸੀ ਕਰਨਾ ਸੀ ਦਇਆ ਕਰਨੀ ਸੀ ਕਰਨਾ ਸੀ ਪਰ ਉਪਕਾਰ ਕਰਨਾ ਸੀ ਮਾਫ਼ ਕਰਨਾ ਜੋ ਕਰਨਾ ਸੀ ਉਹ ਤਾਂ ਕੀਤਾ ਹੀ ਨਹੀਂ ਕਰਨ ਹੁਤੋ ਸੋ ਨਾ ਕੀਓ ਪਰ ਰੋਬ ਕੈ ਫੰਦ ਪਰ ਨਾਨਕ ਸਮਿਓ ਰਮ ਗਇਓ ਆਪ ਕਿਉ ਰੋਬਤ ਅਬ ਫਿਰ ਹੋਇਆ ਕੁਝ ਨਹੀਂ ਬਣਨਾ ਕਿਉਂਕਿ ਸਮਾਂ ਨਿਕਲ ਜਾਣਾ ਵਕਤ ਨਿਕਲ ਜਾਣਾ ਫਿਰ ਬਣਨਾ ਕੁਝ ਨਹੀਂ ਇੱਥੇ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਥਾਉ ਨਾ ਹੋਵੀ ਪਾਉਂਦੀ ਹੁਣ ਸੁਣੀਏ ਕਿਆ ਰੁਆਇਆ ਉਦੋਂ ਰੋਂਦਾ ਏ ਫਿਰ ਮੱਤਾਂ ਦੇ ਹੱਥ ਮਾਰਦਾ ਹੁਣ ਸੁਣੀਏ ਕਿਆ ਰੁਆਇਆ ਆਪਣੇ ਆਪ ਨੂੰ ਕਹਿੰਦਾ ਮਨ ਅੰਧੇ ਜਨਮ ਉਹ ਮੇਰੇ ਮਨ ਅੰਨਿਆ ਉਹ ਮੇਰੇ ਮਨਾ ਤੂੰ ਮਨ ਪਿੱਛੇ ਲੱਗ ਕੇ ਆਪਣੇ ਆਪ ਨੂੰ ਕਹਿੰਦਾ ਜੀ ਆਪਣੇ ਮਨ ਦੇ ਪਿੱਛੇ ਲੱਗ ਕੇ ਆਪਣਾ ਜਨਮ ਗਵਾਰਿਆ ਮਨ ਅੰਧੇ ਜਨਮ ਮਾਫ਼ ਕਰਨਾ ਮਨ ਅੰਧੇ ਜਨਮ ਭਾਗਾਂ ਵਾਲਿਓ ਕਿਸੇ ਜ਼ਿਮੀਂਦਾਰ ਦੇ ਰੱਖੀ ਸੀ ਇੱਕ ਬੱਕਰੀ ਤੇ ਮਾਫ਼ ਕਰਨਾ ਜ਼ਿਮੀਂਦਾਰ ਦੇ ਘਰੇ ਇੱਕ ਬਾਂਦਰ ਰੱਖਿਆ ਹੋਇਆ ਸੀ ਸਤਸੰਗ ਜੀ ਬਾਂਦਰ ਬੜਾ ਸ਼ੈਤਾਨ ਜਾਨਵਰ ਹੈ ਜ਼ਿਮੀਂਦਾਰ ਨੇ ਖੇਤਾਂ ਵਿੱਚ ਕੰਮ ਕਰਨ ਵਾਸਤੇ ਚਲੇ ਜਾਣਾ ਮਾਫ਼ ਕਰਨਾ ਗੁਰੂ ਕੀ ਸੰਗਤ ਬਾਂਦਰ ਨੇ ਕੀ ਕਰਨਾ ਪਿੱਛੋਂ ਤੇ ਬੱਕਰੀ ਦਾ ਇੱਕ ਲੇਲਾ ਸੀ ਬਾਂਦਰ ਨੇ ਕੀ ਕਰਨਾ ਪਿੱਛੋਂ ਆਪਣਾ ਰਸਾ ਖੋਲਣਾ ਬਾਂਦਰ ਬੜਾ ਚਲਾਕ ਜਾਨਵਰ ਹੈ ਸਤਸੰਗ ਜੀ ਤੇ ਬਾਂਦਰ ਨੇ ਆਪਣਾ ਰਸਾ ਖੋਲਣਾ ਰਸਾ ਖੋਲ ਕੇ ਤੇ ਬੱਕਰੀ ਦਾ ਦੁੱਧ ਚੁੰਗ ਜਾਣਾ ਬੱਕਰੀ ਦਾ ਦੁੱਧ ਚੁੰਗਣ ਤੋਂ ਬਾਅਦ ਬਾਂਦਰ ਨੇ ਕੀ ਕਰਨਾ ਲੇਲੇ ਦਾ ਰਸਾ ਖੋਲ ਦੇਣਾ ਤੇ ਆਪਣਾ ਰਸਾ ਬੰਨ ਲੈਣਾ ਜ਼ਿਮੀਂਦਾਰ ਨੇ ਆਉਣਾ ਉਹਨੇ ਦੇਖਣਾ ਕਿ ਸਤਸੰਗ ਜੀ ਬਾਂਦਰ ਦਾ ਲੇਲੇ ਦਾ ਰਸਾ ਖੁੱਲਿਆ ਹੋਇਆ ਤੇ ਲੇਲਾ ਬੱਕਰੀ ਦਾ ਦੁੱਧ ਚੁੰਗ ਗਿਆ ਜ਼ਿਮੀਂਦਾਰ ਨੇ ਫੜਨਾ ਡੰਡਾ ਲੇਲੇ ਦੀਆਂ ਲੱਤਾਂ ਕੁੱਟਣੀਆਂ ਦੂਜੇ ਦਿਨ ਫਿਰ ਜ਼ਿਮੀਂਦਾਰ ਬਾਂਦਰ ਨੇ ਇਸੀ ਤਰ੍ਹਾਂ ਕਰਨਾ ਆਪਣਾ ਰਸਾ ਖੋਲਣਾ ਬੱਕਰੀ ਦਾ ਦੁੱਧ ਚੁੰਗ ਜਾਣਾ ਬੱਕਰੀ ਦਾ ਦੁੱਧ ਚੁੰਗਣ ਤੋਂ ਬਾਅਦ ਉਹਨੇ ਲੇਲੇ ਦਾ ਰਸਾ ਖੋਲ ਦੇਣਾ ਤੇ ਮਾਫ਼ ਕਰਨ ਆਪਣਾ ਰਸਾ ਬੰਨ ਲੈਣਾ ਜ਼ਿਮੀਂਦਾਰ ਨੇ ਫਿਰ ਆਉਣਾ ਉਹਨੇ ਦੇਖਣਾ ਕਿ ਅੱਜ ਫਿਰ ਲੇਲਾ ਰਸਾ ਖਵਾ ਕੇ ਦੁੱਧ ਚੁੰਗ ਗਿਆ ਬੱਕਰੀ ਦਾ ਉਹਨੇ ਫਿਰ ਡੰਡਾ ਫੜਨਾ ਲੇਲੇ ਦੀਆਂ ਲੱਤਾਂ ਕੁੱਟਣੀਆਂ ਦੁੱਧ ਪੀ ਜਾਂਦਾ ਸੀ ਬਾਂਦਰ ਮਾਰ ਪੈਂਦੀ ਰਹੀ ਲੇਲੇ ਨੂੰ ਮਾਫ਼ ਕਰਨਾ ਉਹ ਜਿਸ ਮਨ ਰੂਪੀ ਬਾਂਦਰ ਦੇ ਪਿੱਛੇ ਲੱਗ ਕੇ ਮਾੜੇ ਕਰਮ ਕਰਦੇ ਹਨ ਅੰਤਮ ਸਮੇਂ ਤੇ ਇਹਨੇ ਇੱਕ ਪਾਸੇ ਹੋ ਜਾਣਾ ਹੈ ਮਰ ਪੈਣੀ ਹੈ ਜੀਵ ਆਤਮਾ ਰੂਪੀ ਲੇਲੇ ਨੂੰ ਕੱਲ ਗੱਲ ਚਲੀ ਸੀ ਕਬੀਰ ਜੀ ਦੀ ਮਾਫ਼ ਕਰਨਾ ਮਾਸਤੇ ਗੱਲ ਚਲੀ ਸੀ ਕਬੀਰ ਜੀ ਕਹਿੰਦੇ ਖੂਬ ਖਾਣਾ ਖਿਚੜੀ ਜਮ ਅੰਮ੍ਰਿਤ ਲਾਉਣ ਕਹਿੰਦੇ ਨੇ ਨਮਕ ਪਾ ਕੇ ਤੇ ਖਿਚੜੀ ਖਾਣੀ
ਪਰ ਅਗਲੀ ਤੁਕ ਜੀ ਕਹਿੰਦੇ ਨੇ ਹੇਰਾ ਰੋਟੀ ਕਾਰਨੇ ਖੜਾ ਕਟਾ ਦੇ ਕੌਣ, ਵਿਦੋਸ਼ੇ ਜੀਵਾਂ ਦਾ ਸ਼ਿਕਾਰ ਕਰਨਾ, ਵਿਦੋਸ਼ੇ ਜੀਵ ਨੂੰ ਮਾਰ ਕੇ ਖਾਣਾ, ਇਹਦੇ ਬਦਲੇ ਗਲਾ ਕੌਣ ਕਟਾਵੇ, ਮਾਫ ਕਰਨਾ ਗੁਰੂ ਕੀ ਸੰਗ ਉੱਥੇ, ਪਰ ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ ਖਾਲਸਾ ਜੀ ਉੱਥੇ ਤਾਂ ਮਾਫ ਕਰਨਾ, ਉੱਥੇ ਤਾਂ ਜਿਹਾ ਬੀਜਾ ਲੋੜ ਸੋ ਲੁੜਾ ਕਰਮਾ ਸੰਜੜਾ ਖੇਤ, ਉਦੋਂ ਫਿਰ ਹੁੰਦਾ ਮਾਫ ਕਰਨਾ, ਉਦੋਂ ਬਣਨਾ ਕੁਝ ਨੀ, ਮਾਫ ਕਰਨਾ ਗੁਰੂ ਕੀ ਸੰਗਤ, ਭਾਦੋ ਭਰਮ ਭਲਾਣੀ ਆ ਦੂਜਿਆਂ ਲੱਗਾ ਹੇਤ, ਲੱਕ ਸਿਗਾਰ ਬਣਾਇਆ ਕਾਰਜ ਨਾਹੀ, ਖੇਤ ਜਿਹੜੇ ਜਿਹਨੇ ਮਰਜ਼ੀ ਹਾਰ ਸ਼ਿੰਗਾਰ ਲਾ ਲੈ, ਜਿਹਨੇ ਮਰਜ਼ੀ ਬਾਲ ਵਾਲੀਆਂ ਬਣਾ ਲੈ, ਇਹ ਤੇਰੇ ਕਿਸੇ ਕੰਮ ਨੀ ਆਉਣੇ, ਮਾਫ ਕਰਨਾ ਗੁਰੂ ਕੀ ਸੰਗਤ, ਤੇ ਜਦੋਂ ਸਰੀਰ ਵਿੱਚੋਂ ਨਿਕਲ ਗਏ ਸਵਾਸੇ ਤੇਰੇ ਘਰਦਿਆਂ ਨਾਲ, ਤਾਂ ਓਨੇ ਚਿਰ ਹੀ ਤੇਰੇ ਗਾਹਕ ਨੇ ਜਿੰਨੇ ਚਿਰ ਤੇਰੇ ਸਾਹ ਚੱਲਦੇ ਨੇ, ਮਾਫ ਕਰਨਾ ਬੰਦਾ ਸਰੀਰ ਵਿੱਚ ਹੋ ਜੇ ਬਿਮਾਰ ਪੈ ਜਾਏ ਤੇ ਨਬਜ਼ ਦੇਖੀ ਜਾਂਦੀ ਹੈ, ਛਾਤੀ ਤੇ ਹੱਥ ਰੱਖ ਕੇ ਦੇਖਿਆ ਜਾਂਦਾ, ਮਾਫ ਕਰਨਾ ਨੱਕ ਦੇ ਅੱਗੇ ਰੂਈ ਲੱਗਦੇ ਆ ਕਿ ਸਾਹ ਚੱਲਦਾ, ਜੇ ਸਾਹ ਚੱਲਦਾ ਤੇ ਘਰ ਚ ਥਾਂ ਹੈ, ਸਾਹ ਨਿਕਲ ਗਿਆ, ਘੱਟ ਬੂਟੇ ਕੋਈ ਬਾਤ ਨਾ ਪੁੱਛੇ, ਕਾਢੋ ਕਾਢੋ ਹੋਈ, ਆ ਜਿਹਨਾਂ ਨੂੰ ਪੱਪੜੇ ਬਣਾਈ ਬੈਠਾ ਤੇਰੇ ਜੂੰਦੇ ਦੇ ਗਾਹਕ ਨੇ, ਤੇਰੇ ਮਾਰੇ ਤੇ ਕੋਈ ਵੀ ਗਾਹਕ ਨਹੀਂ ਹੈ, ਮਾਫ ਕਰਨਾ ਤੇਰੀ ਜੂੰਦੇ ਦੀ ਵੇਟ ਹੈ, ਇੰਤਜ਼ਾਰ ਹੈ, ਸਮਝਣ ਦੀ ਕੋਸ਼ਿਸ਼ ਕਰੀਏ ਗੁਰੂ ਦੇ ਸੰਗਤ, ਕਿਤੇ ਕੋਈ ਬੱਚਾ ਕੰਮ ਕਰਨ ਵਾਸਤੇ ਚਲਾ ਜਾਏ ਦਿਨ ਸਭ ਛਿਪ ਜਾਏ, ਲੇ ਮਾਫ ਕਰਨਾ ਹਨੇਰਾ ਹੋਣਾ ਸ਼ੁਰੂ ਹੋ ਜਾਂਦਾ, ਮਾਂ ਬਾਪ ਇੰਤਜ਼ਾਰ ਕਰਦੇ ਹਨ, ਗੁਰੂ ਕਿਸਮ ਮਾਂ ਬਾਪ ਇੰਤਜ਼ਾਰ ਕਰਦੇ ਹਨ ਕਿ ਪੁੱਤ ਸਵੇਰ ਦਾ ਅੱਗੇ ਆਇਆ ਨੀ, ਕਈ ਵਾਰੀ ਪਤਾ ਚਲਾ ਜਾਂਦਾ ਸ਼ਾਮ ਦੇ ਸਮੇਂ ਲੇਟ ਹੋ ਜਾਂਦਾ, ਮਾਫ ਕਰਨਾ ਮਾਂ ਬੱਚਿਆਂ ਨੂੰ ਕਹਿੰਦੀ ਹੈ ਬੇਟਾ ਤੁਹਾਡਾ ਬਾਪੂ ਨੀ ਆਇਆ, ਇਹ ਵੀ ਜੂੰਦਾ ਦੀ ਇੰਤਜ਼ਾਰ ਹੈ, ਮਰੇ ਦੀ ਕੋਈ ਵੀ ਇੰਤਜ਼ਾਰ ਨਹੀਂ ਹੈ, ਮਾਫ ਕਰਨਾ ਜਿਸ ਘਰ ਨੂੰ ਮੇਰਾ ਘਰ ਕਹਿੰਦਾ, ਜਿਹੜਾ ਗੁਰੂ ਦੀ ਗੱਲ ਸਮਝਣ ਦੀ ਕੋਸ਼ਿਸ਼ ਕਰੀਏ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇੱਕ ਟੰਬ ਤੂੰ ਜੀ ਦੇਖਦਾ ਚਲੇ ਨਾਹੀਂ, ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀਂ, ਜਿਸ ਨਾਲ ਕਿਉਂ ਚਿੱਤ ਲਾਈਏ, ਐਸਾ ਕੰਮ ਮੂਲੇ ਨਾ ਕੀਚੇ ਜਿਸ ਅੰਤ ਪੁੱਛੋ, ਤਾਈਏ ਜਿਹੜਾ ਧਿਆਨ ਦੇਣਾ ਪਵੇਗਾ ਗੁਰੂ ਕੀ ਸੰਗਤ, ਇੱਥੇ ਮਾਫ ਕਰਨਾ ਜਿਸ ਘਰ ਬਦਲੇ ਸਾਰੀ ਜ਼ਿੰਦਗੀ, ਮੇਰਾ ਘਰ ਮੇਰਾ ਪਰਿਵਾਰ ਦੋ ਹੀ ਗੱਲਾਂ ਪਿੱਛੇ ਬੰਦਾ ਮਰਦਾ, ਇੱਕ ਘਰ ਬਣਾਉਣ ਬਦਲੇ ਇੱਕ ਪਰਿਵਾਰ ਬਦਲੇ, ਪਰ ਜਦ ਤੇਰੀ ਜ਼ਿੰਦਗੀ ਦਾ ਅੰਤਮ ਸਮਾਂ ਆ ਗਿਆ ਹੋਏ, ਅੱਖਾਂ ਖੋਲ ਕੇ ਵੇਖ, ਗੁਰੂ ਸਾਹਿਬ ਕਹਿੰਦੇ ਨੇ ਤੇਰੇ ਘਰਦਿਆਂ ਨੂੰ ਤੇਰੇ ਘਰਦਿਆਂ ਹੀ ਤੈਨੂੰ ਤੇਰੇ ਘਰ ਚ ਨਹੀਂ ਰਹਿਣ ਦੇਣਾ, ਤੇਰੇ ਘਰਦਿਆਂ ਹੀ ਤੈਨੂੰ ਘਰ ਵਿੱਚ ਨਹੀਂ ਰਹਿਣ ਦੇਣਾ, ਤੇਰੇ ਘਰਦਿਆਂ ਨੇ ਤੈਨੂੰ ਘਰ ਚ ਥਾਂ ਨਹੀਂ ਦੇਣੀ, ਘਰ ਦੇ ਜੂੰਦੇ ਦੇ ਗਾਹਕ ਨੇ, ਘਰਦਿਆਂ ਨੇ ਮਰਨ ਤੋਂ ਬਾਅਦ ਘਰ ਚ ਥਾਂ ਨਹੀਂ ਦੇਣੀ, ਪਰ ਗੁਰੂ ਸਾਹਿਬ ਕਹਿੰਦੇ ਨੇ ਜੇ ਤੂੰ ਮੇਰਾ ਬਣੇਗਾ ਮੈਂ ਤੈਨੂੰ ਮਰਨ ਤੋਂ ਬਾਅਦ ਦਰਗਾਹ ਦੇ ਵਿੱਚ ਥਾਂ ਦਿਆਂਗਾ, ਬੜੀ ਕਮਾਲ ਦੀ ਗੱਲ ਹੈ, ਬੜੇ ਕਮਾਲ ਦੇ ਬਚਨ ਹਨ, ਅੰਤਰ ਗੁਰ ਅਰਾਧਨਾ ਜੇਵਾ ਜਪ ਗੁਰੂ ਨਾਲ, ਨੇਤਰੀ ਸਤਿਗੁਰੂ ਦੇਖਣਾ ਸਰਵਣੀ ਸੁਣਨਾ ਗੁਰੂ ਨਾਲ, ਸਤਿਗੁਰੂ ਛੇਤੀ ਰਤੀਆਂ ਦਰਗੇ ਪਾਈਐ ਠਾਉ, ਮਾਫ ਕਰਨਾ ਗੁਰੂ ਕੀ ਸੰਗਤ, ਸਤਿਗੁਰੂ ਛੇਤੀ ਰਤੀਆਂ ਦਰਗੇ ਪਾਈਐ ਠਾਉ, ਮਾਫ ਕਰਨਾ, ਵਿਚਾਰ ਕਰਦੀ ਸੀ ਗੁਰੂ ਕੀ ਸੰਗਤ ਦੁੱਧ ਪੀ ਜਾਂਦਾ ਸੀ ਬਾਂਦਰ, ਮਾਰ ਪੈਂਦੀ ਰਹੀ ਲੇਲੇ ਨੂੰ, ਜਿਸ ਮਨ ਰੂਪੀ ਬਾਂਦਰ ਦੇ ਪਿੱਛੇ ਲੱਗ ਕੇ ਗੁਰੂ ਕੀ ਸੰਗਤ ਮਾੜੇ ਕਰਮ ਕਰਦੇ ਆ, ਵਕਤ ਆਖਰ ਇਹਨੇ ਇੱਕ ਪਾਸੇ ਹੋ ਜਾਣਾ ਹੈ, ਮਾਰ ਪੈਣੀ ਜੀਵ ਆਤਮਾ ਰੂਪੀ ਲੇਲੇ ਨੂੰ, ਵਿਚਾਰ ਚੱਲੀ ਸੀ ਨਾ, ਪੁੱਛਿਆ ਸੀ ਭਗਤ ਕਬੀਰ ਜੀ ਦੇ ਚਰਨਾਂ ਵਿੱਚ ਬੇਨਤੀ ਕਰਕੇ ਆਪ ਜੀ ਦੇ ਸ਼ਰਧਾਲੂਆਂ ਨੂੰ, ਬਾਬਾ ਜੀ ਸੁਣਿਆ ਜਦੋਂ ਮਨਮੁਖ ਦੀ ਮੌਤ ਹੁੰਦੀ, ਨੁਗਰ ਦੀ ਮੌਤ ਹੁੰਦੀ, ਸੱਕ ਦੀ ਮੌਤ ਹੁੰਦੀ, ਉਹਨੂੰ ਲੈਣ ਵਾਸਤੇ ਜਮਦੂਤ ਆਉਂਦੇ ਨੇ, ਸੁਣਿਆ ਉਹ ਜਮਾਂ ਦੀ ਮਾਰ ਬੜੀ ਕਰੜੀ ਹੈ, ਬੜੀ ਡਾਢੀ ਹੈ, ਕਿਰਪਾ ਕਰਕੇ ਦੱਸਣਾ ਕਰੋ ਉਹ ਜਮਾਂ ਦੀ ਮਾਰ ਕਿਤਨੀ ਕਰੜੀ ਹੈ, ਕਿਤਨੀ ਕੁ ਡਾਢੀ ਹੈ, ਮਾਫ ਕਰਨਾ ਗੁਰੂ ਕੀ ਸੰਗਤ, ਕਈ ਕਹਿੰਦੇ ਨੇ ਸਰੀਰ ਤੇ ਇੱਥੇ ਹੀ ਸੜ ਜਾਣਾ, ਮਾਰ ਕਿਵੇਂ ਪੈ ਰਹੀ, ਰਾਤ ਨੂੰ ਸੁੱਤੇ ਹੁੰਦੇ ਹੋ
ਸੁੱਤੇ ਬੰਦੇ ਨੂੰ ਸੁਪਨਾ ਆਉਂਦਾ ਹੈ, ਕਹਿ ਦਿਓ ਵਾਹਿਗੁਰੂ, ਸੁਪਨੇ ਦੇ ਵਿੱਚ ਸੱਪ ਡੱਸ ਜਾਂਦਾ, ਕਹਿ ਦਿਓ ਵਾਹਿਗੁਰੂ। ਮਾਫ ਕਰਨਾ ਰੋਂਦੇ ਹੈ ਕਿ ਨਹੀਂ ਰੋਂਦੇ, ਬੋਲਦੇ ਨੀ, ਉਹ ਕਿਹਨੂੰ ਡੱਸਦਾ ਹੈ, ਉਹ ਕੌਣ ਰੋਂਦਾ ਹੈ? ਮਾਫ ਕਰਨਾ ਜਿਹੜਾ ਇਹਦੇ ਅੰਦਰ ਰੋਣ ਵਾਲਾ ਕੋਈ ਹੋਰ ਹੈ, ਕਹਿ ਦਿਓ ਵਾਹਿਗੁਰੂ। ਸੁਪਨੇ ਦੇ ਵਿੱਚ ਕਈ ਵਾਰੀ ਮਾਫ ਕਰਨਾ, ਕਈ ਵਾਰੀ ਸੁਪਨਾ ਆਉਂਦਾ ਹੈ ਤੇ ਸਾਸੋਂ ਸੁਪਨੇ ਦੇ ਵਿੱਚ ਜੰਗਲ ਵਿੱਚ ਚਲੇ ਜਾਂਦੇ ਹਾਂ, ਸ਼ੇਰ ਗੁਰੂ ਕੀ ਸੰਗਤ ਪਿੱਛੇ ਲੱਗ ਕੇ ਦੌੜਦਾ, ਉਦੋਂ ਕਿਹੋ ਜਿਹੀ ਹਾਲਤ ਹੁੰਦੀ ਹੈ? ਉਦੋਂ ਸਰੀਰ ਥੋੜਾ ਡਰਦਾ, ਉਦੋਂ ਤਾਂ ਮੰਜਾ ਤੇ ਲੇਟਿਆ ਹੁੰਦਾ, ਪਰ ਖਾਲਸਾ ਦੀ ਰੋਂਦਾ ਉੱਚੀ ਉੱਚੀ ਰੋਂਦਾ, ਉਹਨੂੰ ਮਾਰ ਪੈਣੀ ਜਿਹੜਾ ਜੋ ਸੁੱਤਾ ਹੁੰਦਾ ਨਾ, ਉਹ ਜੋ ਸੁਪਨੇ ਦੇ ਵਿੱਚ ਡਰਦਾ। ਇੱਧਰ ਕਬੀਰ ਜੀ ਫਰਮਾਉਂਦਾ ਨਾ, ਕਬੀਰ ਜਮਕਾ ਠੇਂਗਾ ਬੁਰਾ ਹੈ, ਕਬੀਰ ਚਮਕਾ ਠੇਂਗਾ ਬੁਰਾ ਹੈ, ਉਹ ਨਹੀਂ ਸਹਿਆ ਜਾਏ ਲਗੇ ਕਣ ਬੰਦੇ ਬੰਦੇ। ਚਮਾ ਦੀ ਮਾਰ ਇੰਨੀ ਕਰੜੀ ਹੈ, ਇੰਨੀ ਡਾਢੀ ਹੈ, ਮਾਫ ਕਰਨਾ ਉਹ ਸਹੀ ਜਾ ਨਹੀਂ ਸਕਦੀ। ਉਸ ਮੌਕੇ ਕਬੀਰ ਜੀ ਨੇ ਇਹ ਸਲੋਕ ਉਚਾਰਨ ਕਰਦੇ ਇਉਂ ਸਮਝਾਇਆ ਸੀ, ਖਾਲਸਾ ਜੀ, ਉਹ ਨਹੀਂ ਸਹਿਆ ਜਾਏਗੀ, ਉਹ ਨਹੀਂ ਸਹਿਆ ਜਾਏਗੀ, ਉਹ ਨਹੀਂ ਸਹਿਆ ਜਾਏਗੀ। ਇਹ
ਦੇ ਚੱਲੀ ਚਾਰੀ ਨਾ ਪਿਆ ਦੀ ਬੁਰੀ ਮਾਰੋ ਮਨਾ ਚੱਲੀ ਚਾਰੀ ਨਾ ਸ਼ਤਾਨਾ ਮੰਗੂ ਨਾ ਫਿਰ ਬਿਨਾਂ ਗੁਰੂ ਤੋਂ
ਜਿਵੇਂ ਸ਼ੈਤਾਨ ਫਿਰਦੇ ਨੇ ਨਾ, ਮਾਫ਼ ਕਰਨਾ ਮਾੜੇ ਕਰਮ ਨਾ ਕਰੋ ਸ਼ੈਤਾਨਾਂ ਨੂੰ ਬੁਲਾ ਫਿਰ, ਪਰ ਕਹਿੰਦੇ ਯਾਦ ਰੱਖੀ ਸਿਰ ਲੱਗਾ ਜਮ ਠੰਡ। ਮਾਫ਼ ਕਰਨਾ ਬੜੇ ਬੜੇ ਗੁਰੂ ਘਰ ਦੇ ਕੀਰਤਨੀ ਸਿੰਘ ਬੈਠੇ ਨੇ, ਗੁਰੂ ਕੇ ਵੀਰ ਬੈਠੇ ਨੇ, ਦਾਸ ਨੂੰ ਤਾਂ ਆਉਂਦਾ ਹੀ ਕੱਖ ਨਹੀਂ, ਕਿਉਂਕਿ ਮੈਂ ਤਾਂ ਇੱਥੇ ਗੱਲ ਖਤਮ ਕਰ ਦੇਣਾ ਕਿ ਕਹੋ ਨਾਨਕ ਸਭ ਤੇਰੀ। ਕਈ ਕਹਿੰਦੇ ਰੱਬ ਕਿਹਨੇ ਵੇਖਿਆ, ਪਰ ਜਿਹੜੀ ਗੱਲ ਬੰਦੇ ਦੀ ਸਮਝ ਤੋਂ ਪਰੇ ਉਹ ਸਮਝ ਲਓ ਉੱਥੋਂ ਰੱਬ ਸ਼ੁਰੂ ਹੁੰਦਾ। ਮੈਨੂੰ ਇੱਕ ਲੱਗਾ ਕਹਿਣ ਕਿ ਅਸੀਂ ਤਾਂ ਸਾਇੰਸ ਨੂੰ ਮੰਨਦੇ ਰੱਬ ਨੂੰ ਨਹੀਂ ਮੰਨਦੇ। ਉਹ ਮੈਂ ਕਿਹਾ ਸਾਇੰਸ ਕੀ ਹੈ, ਖੋਤੀ ਦਾ ਸਿਰ ਬਹਿ ਜਾ, ਸਾਇੰਸ ਹੈ ਕੀ? ਕਹਿੰਦਾ ਅਸੀਂ ਤਾਂ ਉਸ ਗੱਲ ਨੂੰ ਮੰਨਦੇ ਜਿਹਨੂੰ ਸਾਇੰਸ ਸਿੱਧ ਕਰਦੇ ਨੇ। ਮੈਂ ਕਿਹਾ ਅੱਛਾ, ਕਹਿੰਦਾ ਸਾਇੰਸ ਨੂੰ ਮੰਨਦੇ ਅਸੀਂ। ਮੈਂ ਕਿਹਾ ਚੰਗਾ, ਫਿਰ ਦਾਸ ਦੀਆਂ ਦੋ ਗੱਲਾਂ ਦਾ ਜਵਾਬ ਦੇ ਜਾ, ਫਿਰ ਮਾਫ਼ ਕਰਨਾ ਗੁਰੂ ਕੀ ਸੰਗਤ ਅਸੀਂ ਵੀ ਕਹਿ ਦੇਵਾਂਗੇ ਕਿ ਰੱਬ ਨਹੀਂ ਹੈਗਾ। ਕਹਿੰਦਾ ਵਾਹਿਗੁਰੂ। ਪੜ੍ਹੇ ਲਿਖੇ ਸੱਜਣ ਬੈਠੇ ਨੇ, ਲੱਗਾ ਕਹਿੰਦੀ ਦੱਸੋ। ਮੈਂ ਕਿਹਾ ਦੱਸ, ਮੁਰਗੀ ਪਹਿਲਾਂ ਬਣੀ ਸੀਗੀ ਆਂਡਾ ਪਹਿਲਾਂ ਬਣਿਆ ਸੀ? ਦੱਸ ਆਪਣੀ ਸਾਇੰਸ ਨੂੰ ਕਹੋ ਵੀ ਕਰੇ ਸਿੱਧ, ਮੁਰਗੀ ਪਹਿਲਾਂ ਬਣੀ ਸੀਗੀ ਆਂਡਾ ਪਹਿਲਾਂ ਬਣਿਆ ਸੀ? ਕਹਿੰਦਾ ਜੀ ਪਹਿਲਾਂ ਮੁਰਗੀ ਬਣੀ। ਤੇ ਮੈਂ ਕਿਹਾ ਮੁਰਗੀ ਕਿੱਥੋਂ ਆਈ, ਮੁਰਗੀ ਆਈ ਕਿੱਥੋਂ? ਕਹਿੰਦਾ ਮੁਰਗੀ ਆਂਡੇ ਚੋਂ ਆਈ। ਮੈਂ ਕਿਹਾ ਆਂਡਾ ਕਿੱਥੋਂ ਆਇਆ? ਕਹਿੰਦੇ ਵਾਹਿਗੁਰੂ, ਮੁਰਗੀ ਕਿੱਥੋਂ, ਆਂਡਾ ਕਿੱਥੋਂ ਆਇਆ? ਕਹਿੰਦਾ ਜੀ ਆਂਡਾ ਮੁਰਗੀ ਨੇ ਦਿੱਤਾ, ਮੁਰਗੀ ਆਂਡਾ ਮੁਰਗੀ, ਸਾਡੇ ਜਿਹੜਾ ਚੱਕਰ ਹੀ ਪੈ ਗਿਆ। ਦੱਸ ਦਿੰਦੇ ਚੱਕਰ ਤੇ ਸ਼ੁਰੂ ਹੋਣਾ, ਅੱਜ ਤਾਂ ਚੱਕਰ ਸ਼ੁਰੂ ਹੋਣਾ। ਚੱਕਰ ਮਾਫ਼ ਕਰਨਾ ਗੁਰੂ ਕੀ ਸਿੰਘ ਦਾ, ਮੁਰਗੀ ਪਹਿਲਾਂ ਆਂਡਾ ਪਹਿਲਾਂ, ਮੁਰਗੀ ਪਹਿਲਾਂ ਆਂਡਾ ਪਹਿਲਾਂ, ਸਭੀ ਚੱਕਰ ਪੈ ਗਿਆ। ਦਾਸ ਨੇ ਕਿਹਾ ਪ੍ਰੇਮੀਆਂ ਆਪਣੀ ਸਾਇੰਸ ਨੂੰ ਕਹੋ ਕਰ ਸਿੱਧ, ਮਾਫ਼ ਕਰਨਾ ਖਾਲਸਾ ਜੀ, ਪਹਿਲਾਂ ਔਰਤ ਬਣੀ ਸੀ ਕਿ ਪਹਿਲਾਂ ਬੰਦਾ ਬਣਿਆ ਸੀ? ਕਰੋ ਸਿੱਧ, ਕਰੋ ਸਿੱਧ। ਕਹਿਣ ਲੱਗਾ ਵੀ ਪਹਿਲਾਂ ਔਰਤ ਬਣੀ। ਮੈਂ ਕਿਹਾ ਫਿਰ ਬੰਦਾ ਕਿੱਥੋਂ ਆਇਆ? ਕਹਿੰਦਾ ਬੰਦੇ ਨੂੰ ਜਨਮ ਦਿੱਤਾ ਔਰਤ ਨੇ। ਕਾਹਦੇ ਵਾਹਿਗੁਰੂ? ਬੰਦੇ ਨੂੰ ਜਨਮ ਦਿੱਤਾ ਔਰਤ ਨੇ। ਮਾਫ਼ ਕਰਨਾ ਗੁਰੂ ਕੀ ਸੰਗਤ, ਮਾਫ਼ ਕਰਨਾ ਗੁਰੂ ਕੀ ਸੰਗਤ, ਮਾਫ਼ ਕਰਨਾ ਦਾਸ ਨੇ ਕਿਹਾ ਮਾਫ਼ ਕਰਨਾ, ਔਰਤ ਨੇ ਬੰਦੇ ਨੂੰ ਜਨਮ ਦਿੱਤਾ, ਤੇ ਔਰਤ ਨੂੰ ਜਨਮ ਕਿਹਨੇ ਦਿੱਤਾ? ਬੋਲਦੇ ਔਰਤ ਨੂੰ ਜਨਮ ਕਿਹਨੇ ਦਿੱਤਾ? ਕਹਿੰਦੇ ਔਰਤ ਨੇ ਬੰਦੇ ਨੂੰ ਜਨਮ ਦਿੱਤਾ। ਮਾਫ਼ ਕਰਨਾ ਦਾਸ ਨੇ ਕਿਹਾ ਪ੍ਰੇਮੀਆਂ, ਗੁਰਬਾਣੀ ਚ ਲਿਖਿਆ ਕਿ ਰਕਤ ਬਿੰਦ ਕਰ ਨਿਮਿਆ ਅਗਨ ਉਦਰ ਮਿਹਾਰ, ਮਾਤਾ ਪਿਤਾ ਦੇ ਸੰਯੋਗ ਤੋਂ ਬਿਨਾਂ ਬੱਚੇ ਦਾ ਜਨਮ ਨਹੀਂ ਹੁੰਦਾ। ਕੀ ਤੇਰੀ ਸਾਇੰਸ ਮੰਨਦੀ ਹੈ ਕਿ ਕੋਈ ਮਾਂ ਬਿਨਾਂ ਪਤੀ ਤੋਂ ਅੱਗੇ ਬੱਚਿਆਂ ਨੂੰ ਜਨਮ ਦੇ ਸਕਦੀ? ਕੀ ਮੰਨਦੀ? ਮਰੇ ਮਾਂ ਜੇ ਪੁੱਜਿਆ ਹੋਵੇ। ਕਈ ਕਹਿੰਦੇ ਕਰਕੇ ਖਾਂਦੇ ਆ, ਇਹ ਵੀ ਸਾਡਾ ਭੁਲੇਖ ਹੈ। ਆਪਣੀ ਮਰਜ਼ੀ ਨਾਲ ਧਰਤੀ ਚ ਇੱਕ ਬੀਜ ਬੀਜ ਸਕਦੇ ਹਾਂ, ਕਰਮ ਹੋਰ ਹੈ, ਸਾਡੇ ਕਰਮਾਂ ਦਾ ਹਿਸਾਬ ਕਿਤਾਬ ਹੋਣਾ। ਕਹਿ ਦਿਓ ਵਾਹਿਗੁਰੂ, ਕਰਮੀ ਕਰਮੀ ਹੋਏ। ਮਾਫ਼ ਕਰਨਾ ਕਰਮਾਂ ਦਾ ਫਲ ਮਿਲਣਾ, ਕਰਮਾਂ ਦਾ ਫਲ। ਧਰਤੀ ਵਿੱਚ ਆਪਣੀ ਮਰਜ਼ੀ ਨਾਲ ਬੀਜ ਬੀਜ ਸਕਦੇ ਹਾਂ, ਬਸ ਇੱਥੇ ਤੱਕ। ਬੀਜ ਬੀਜਣਾ ਸਾਡੇ ਹੱਥ ਚ, ਬੀਜ ਉੱਗੇ ਜਾਂ ਨਾ ਉੱਗੇ ਇਹ ਸਾਡੇ ਹੱਥ ਵਿੱਚ। ਹਾਂਜੀ, ਪੱਕੀ ਗੱਲ ਜੀ। ਆਪਣੀ ਮਰਜ਼ੀ ਨਾਲ ਇੱਕ ਮਾਫ਼ ਕਰਨਾ ਫਲਦਾਰ ਬੂਟਾ ਲਾ ਸਕਦੇ ਹਾਂ। ਫਲਦਾਰ ਬੂਟਾ ਲਾਉਣਾ ਸਾਡੇ ਹੱਥ ਚ, ਉਹਨੂੰ ਫਲ ਲੱਗੇ ਜਾਂ ਨਾ ਲੱਗੇ। ਹਾਂਜੀ, ਨਹੀਂ ਹੱਥ ਚ। ਮਾਫ਼ ਕਰਨਾ ਗੁਰੂ ਕੀ ਸੰਗਤ, ਮਾਫ਼ ਕਰਨਾ ਜਿਹੜਾ ਧਿਆਨ ਦੇਣਾ ਪਵੇਗਾ। ਕੋਈ ਬਿਜ਼ਨਸ ਸ਼ੁਰੂ ਕਰ ਸਕਦੇ ਹਾਂ, ਕੋਈ ਸ਼ਾਪ ਖੋਲ ਸਕਦੇ ਹਾਂ, ਆਪਣੀ ਮਰਜ਼ੀ ਨਾਲ ਦੁਕਾਨ ਖੋਲ ਸਕਦੇ ਹਾਂ, ਸ਼ਾਪ ਖੋਲ ਸਕਦੇ ਹਾਂ। ਮਾਫ਼ ਕਰਨਾ ਗੁਰੂ ਕੀ ਸੰਗਤ, ਬਿਜ਼ਨਸ ਖੋਲ ਸਕਦੇ ਹਾਂ, ਬਿਜ਼ਨਸ ਸ਼ੁਰੂ ਕਰਨਾ, ਦੁਕਾਨ ਖੋਲਣੀ ਸਾਡੇ ਹੱਥ ਚ ਹੈ। ਮਾਫ਼ ਕਰਨਾ ਬਿਜ਼ਨਸ ਚੱਲੇ ਜਾਂ ਨਾ ਚੱਲੇ, ਇਹ ਸਾਡੇ ਹੱਥ ਚ। ਹਾਂਜੀ, ਮਾਫ਼ ਕਰਨਾ। ਖਾਲਸਾ ਦੇ ਪਰਿਵਾਰ ਤੱਕ ਮੈਂਬਰ ਬਿਮਾਰ ਹੋ ਜਾਂਦਾ, ਉਹਨੂੰ ਡਾਕਟਰ ਦੇ ਪਾਸ ਲੈ ਕੇ ਜਾਂਦੇ ਹਾਂ। ਡਾਕਟਰ ਤੱਕ ਪਰਿਵਾਰ ਦੇ ਮੈਂਬਰ ਨੂੰ ਲਿਜਾਣਾ ਸਾਡੇ ਹੱਥ ਚ ਹੈ। ਮਾਫ਼ ਕਰਨਾ ਸਾਡੇ ਹੱਥ ਵਿੱਚ ਹੈ। ਦਵਾਈ ਦੇਣੀ ਡਾਕਟਰ ਦੇ ਹੱਥ ਵਿੱਚ ਹੈ। ਮਰੀਜ਼ ਬਚੇ ਜਾਂ ਨਾ ਬਚੇ, ਇਹ ਨਾ ਤੁਹਾਡੇ ਹੱਥ ਵਿੱਚ ਤੇ ਨਾ
ਡਾਕਟਰ ਦੇ ਹੱਥ ਵਿੱਚ ਹੈ। ਫਿਰ ਕਹਿਣਾ ਪਊਗਾ ਨਾ ਵੈਦ ਕਾ ਹਮ ਹੀ ਭਰੇ ਦਾਰੂ ਮੇਰੇ ਬਸ, ਇਹ ਤੋਂ ਬਸ ਗੋਪਾਲ ਕੀ ਜਬ ਭਾਵੈ ਦੇ ਖਸ ਭਾਗਾ ਮਾਰਿਓ। ਮਾਂ ਕਰਨਾ ਵਿੱਚ ਚਾਹ ਚਲੀ ਗੁਰੂ ਕੀ ਸੰਗਤ ਲੱਗ ਗਿਆ ਰੋਣ ਲਗਾ ਕਰ ਸੰਤ ਜੀ ਸੱਚ ਮੱਚ ਉਹ ਜਿੱਥੇ ਰੱਬ ਜਿੱਥੇ ਰੱਬ ਦੀ ਗੱਲ ਉੱਥੇ ਜੱਗ ਦੀ ਗੱਲ ਕਿੱਥੇ ਕਰ ਗਈਆਂ ਵਾਲੇ ਪਾਤਸ਼ਾਹ ਫਰਮਾਉਂਦੇ ਨੇ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ। ਇਸ ਤੇ ਕਬੀਰ ਰਵਦਾ ਕਬੀਰ ਜੀ ਕਹਿੰਦੇ ਨੇ ਤੇ ਨਾਲ ਡੋਜ ਬਿਠਾਏਗੇ ਸਤ ਭਾਖ ਹੈ ਰੱਬ ਦਸ ਭਾਗਾਂ ਵਾਲਿਓ ਜਿਹੜਾ ਧਿਆਨ ਦੇਣਾ ਪਵੇਗਾ। ਅਫਲਾਤੂ ਜਨਾਨ ਦਾ ਮੰਨਿਆ ਮਾਤਸ਼ਾਹ ਸੀ ਤੇ ਕਬੀਰ ਜਿਹੜਾ ਜਮਕਾ ਠੇਂਗਾ ਬੁਰਾ ਹੈ। ਬੰਦਾ ਬੜੇ ਯਤਨ ਕਰਦਾ ਬੜੇ ਯਤਨ ਬੰਦਾ ਕਹਿੰਦਾ ਮੇਰਾ ਧਨ ਮੇਰਾ ਮਾਲ ਮੇਰੀਆਂ ਜਾਇਦਾਦਾਂ ਮੇਰੀਆਂ ਪ੍ਰਾਪਰਟੀਆਂ। ਇੱਕ ਸਮਾਂ ਆਉਂਦਾ ਕਈ ਕਹਿੰਦੇ ਨੇ ਰੱਬ ਕਿਨੇ ਦੇਖਿਆ, ਰੱਬ ਨਜ਼ਰ ਆਉਂਦਾ ਕਦੋਂ ਜਦੋਂ ਇੱਕ ਪਾਸੇ ਟੇਬਲ ਤੇ ਵਿਸਕੀ ਦੀ ਬੋਤਲ, ਦੂਜੇ ਪਾਸੇ ਮਾਰ ਕੇ ਬਦੋਸਾ ਜੀਵ ਡੋਂਗੇ ਚ ਪਾ ਕੇ ਰੱਖਿਆ ਹੋਵੇ, ਤੀਜੇ ਪਾਸੇ ਟੀਵੀ VCR ਚੱਲਦਾ ਹੋਵੇ, ਉੱਥੇ ਰੱਬ? ਉਹ ਤਾਂ ਰੱਬ ਦੀ ਥਾਂ ਹੀ ਨਹੀਂ ਹੈ, ਉੱਥੇ ਤਾਂ ਆਪੇ ਰੱਬ ਬਣਿਆ ਹੁੰਦਾ ਹੈ। ਰੱਬ ਨਜ਼ਰ ਆਉਂਦਾ ਹੈ ਵੱਡਿਆਂ ਵੱਡਿਆਂ ਨੂੰ ਰੱਬ ਨਜ਼ਰ ਆਉਂਦਾ ਹੈ ਜਦੋਂ ਕਿਸੇ ਨੂੰ ਕੈਂਸਰ ਦੀ ਬਿਮਾਰੀ ਹੋ ਜਾਵੇ। ਕਰੋੜਾਂ ਦੀ ਪ੍ਰਾਪਰਟੀ ਤੈਨੂੰ ਉਸ ਬਿਮਾਰੀ ਤੋਂ ਬਚਾ ਨਹੀਂ ਸਕੇਗੀ। ਕਹਿ ਦਿਓ ਮੈਂ ਮਾਫ ਕਰਨਾ, ਮੇਰਾ ਧਨ ਮੇਰਾ ਘਰ ਮੇਰਾ ਬਾਹਰ ਮੇਰੀਆਂ ਦੌਲਤਾਂ। ਰੱਬ ਨਜ਼ਰ ਆਉਂਦਾ ਜਦੋਂ ਕਿਸੇ ਨੂੰ ਕੈਂਸਰ ਦੀ ਬਿਮਾਰੀ ਹੋ ਜਾਏ, ਰੱਬ ਨਜ਼ਰ ਆਉਂਦਾ ਜਦੋਂ ਕਿਸੇ ਦੀ ਮਾਫ ਕਰਨਾ ਸ਼ੂਗਰ ਦੀ ਬਿਮਾਰੀ ਲਾਸਟ ਸਟੇਜ ਤੇ ਚਲੀ ਜਾਏ, ਰੱਬ ਨਜ਼ਰ ਆਉਂਦਾ ਜਦੋਂ ਕਿਸੇ ਨੂੰ ਪੈਰਾਲਾਈਸਿਸ ਜਾਂ ਅਧਰੰਗ ਹੋ ਜਾਏ, ਰੱਬ ਨਜ਼ਰ ਆਉਂਦਾ ਭਾਗਮ ਵਾਲਿਓ ਜਦੋਂ ਕਿਸੇ ਨੂੰ ਹਾਰਟ ਅਟੈਕ ਹੋ ਜਾਏ, ਦੂਜੀ ਵਾਰੀ ਹਾਰਟ ਅਟੈਕ ਹੋ ਜਾਏ ਤੇ ਬਹੁਤਾ ਰੱਬ ਯਾਦ ਆ ਜਾਂਦਾ। ਮਾਫ ਕਰਨਾ ਗੁਰੂ ਕੀ ਸੰਗਤ, ਫਿਰ ਤਾਂ ਜੂਦੇ ਨੂੰ ਕਹਿਣ ਲੱਗ ਪੈਂਦੇ ਨੇ ਜੀ ਇਹ ਤਾਂ ਹਾਰਟ ਦਾ ਮਰੀਜ਼ ਹੈ, ਹਾਰਟ ਦਾ ਮਰੀਜ਼ ਹੈ। ਪਰ ਅਗਲੀ ਗੱਲ, ਹਾਰਟ ਦਾ ਮਰੀਜ਼ ਕਿਉਂ ਕਹਿੰਦੇ ਨੇ? ਕਹਿੰਦੇ ਵਾਹਿਗੁਰੂ ਇਹ ਹਾਰਟ ਦਾ ਮਰੀਜ਼ ਹੈ, ਹਾਰਟ ਦਾ ਮਰੀਜ਼ ਹੈ, ਇਸ ਕਰਕੇ ਕਹਿੰਦੇ ਨੇ ਹਾਰਟ ਦਾ ਮਰੀਜ਼ ਹੈ। ਇਹਦਾ ਕੋਈ ਪਤਾ ਨੀ ਕਦੋਂ ਇਹਦਾ ਫਤਿਆ ਕੱਟਿਆ ਜਾਣਾ। ਠੀਕ ਗੱਲ ਆ ਕਿਉਂ ਗੁਰੂ ਪਿਆਰਿਓ? ਮਾਂ ਕਰਨਾ ਗੁਰੂ ਕੀ ਸੰਗਤ, ਰੱਬ ਉਦੋਂ ਯਾਦ ਆਉਂਦਾ ਹੈ। ਪਰ ਭਾਗਾਂ ਵਾਲਿਓ ਕਹਿੰਦੇ ਨੇ ਐਵੇਂ ਨੀ ਕਿਹਾ ਜਮਕਾ ਠੇਂਗਾ ਬੁਰਾ ਹੈ। ਮਾਫ ਕਰਨਾ ਖਾਲਸਾ ਜੀ, ਇੱਕ ਕਰੋੜਾਂ ਰੁਪਈਆਂ ਦੀ ਕੋਠੀ ਕਿਸੇ ਠੇਕੇਦਾਰ ਨੂੰ ਚਾਰ ਪੈਸੇ ਦੇ ਕੇ ਠੇਕੇ ਤੇ ਕਰਵਾਈ ਜਾ ਬਣਵਾਈ ਜਾ ਸਕਦੀ? ਘਰ ਵਿੱਚ ਕੋਈ ਕੰਮ ਕਰਨਾ, ਕਿਸੇ ਮਜ਼ਦੂਰ ਨੂੰ ਚਾਰ ਪੈਸੇ ਦੇ ਕੇ ਉਹ ਕੰਮ ਮਜ਼ਦੂਰੀ ਤੇ ਕਰਵਾਇਆ ਜਾ ਸਕਦਾ ਹੈ? ਕਿਸੇ ਖੇਤ ਦੀ ਬਿਜਾਈ ਕਰਨੀ, ਕਿਸੇ ਟਰੈਕਟਰ ਵਾਲੇ ਨੂੰ ਚਾਰ ਪੈਸੇ ਦੇ ਕੇ ਖੇਤ ਦੀ ਬਿਜਾਈ ਕਰਵਾਈ ਜਾ ਸਕਦੀ? ਜਿੱਥੇ ਨਾਮ ਜਪਣ ਤੇ ਸੇਵਾ ਕਰਨ ਦਾ ਸਵਾਲ ਹੈ, ਇਹ ਕੰਮ ਠੇਕੇਦਾਰੀ ਤੇ ਹਾਂਜੀ ਨਹੀਂ ਹੋਣਾ ਜੀ? ਇਹ ਕੰਮ ਮਜ਼ਦੂਰੀ ਤੇ, ਇਹ ਕੰਮ ਠੇਕੇਦਾਰੀ ਤੇ ਨਹੀਂ ਹੋਣਾ। ਇਹ ਨਹੀਂ ਹੋ ਸਕਦਾ ਕਿ ਭੁੱਖ ਆਪ ਨੂੰ ਲੱਗੀ ਹੋਵੇ ਤੇ ਪ੍ਰਸ਼ਾਦਾ ਤੁਹਾਡਾ ਮਿੱਤਰ ਛੱਕ ਲਵੇ ਤੇ ਤੁਹਾਡੀ ਭੁੱਖ ਦੂਰ ਹੋ ਜਾਵੇ। ਹੋ ਸਕਦਾ? ਹੋ ਸਕਦਾ? ਇਹ ਨਹੀਂ ਹੋ ਸਕਦਾ ਕਿ ਪਿਆਸ ਆਪ ਨੂੰ ਲੱਗੀ ਹੋਵੇ, ਖਾਣ ਪਾਣੀ ਤੁਹਾਡਾ ਕੋਈ ਪਰਿਵਾਰ ਦਾ ਮੈਂਬਰ ਪੀ ਲਵੇ, ਤੁਹਾਡੀ ਪਿਆਸ ਦੂਰ ਹੋ ਜਾਏ। ਮਾਫ ਕਰਨਾ, ਇਹ ਨਹੀਂ ਹੋ ਸਕਦਾ ਵੀ ਮਾਂ ਤੁਸੀਂ ਹੋਵੋ ਤੇ ਡਾਕਟਰ ਇੰਜੈਕਸ਼ਨ ਕਿਸੇ ਹੋਰ ਦੇ ਲਾ ਦੇ ਤੇ ਦਵਾਈ ਕਿਸੇ ਹੋਰ ਨੂੰ ਦੇ ਦੇ ਤੇ ਤੁਸੀਂ ਠੀਕ ਹੋ ਜਾਓ। ਹੋ ਸਕਦਾ? ਕਦੇ ਨਹੀਂ ਹੋ ਸਕਦਾ। ਜਿੱਥੇ ਨਾਮ ਜਪਣ ਦਾ ਸਵਾਲ ਹੈ, ਪਾਤਸ਼ਾਹ ਕਹਿੰਦੇ ਇਹ ਕੰਮ ਠੇਕੇਦਾਰੀਆਂ ਤੇ ਨਹੀਂ ਹੋਣਾ, ਇਹ ਕੰਮ ਮਜ਼ਦੂਰੀਆਂ ਤੇ ਨਹੀਂ ਹੋਣਾ, ਇਹ ਤਾਂ ਪੱਕੀ ਮੋਹਰ ਲਾ ਦਿੱਤੀ ਗੁਰੂ ਸਾਹਿਬ ਨੇ। ਇੱਕ ਵਾਰੀ ਪੜ੍ਹ ਲਓ, ਸ਼ਾਇਦ ਕਿਸੇ ਦੇ ਅੰਦਰ
ਗੱਲ ਵਾਸੀ ਜਾਏ ਕਿਸੇ ਦੇ ਦਿਮਾਗ ਚ, ਇਹ ਗੁਰੂ ਦੀ ਗੁਰੂ ਸਾਹਿਬ ਦੀ ਬਾਣੀ ਦੀ ਤੁਕ ਵਾਸੀ ਜਾਏ। ਮਾਫ਼ ਕਰਨਾ ਬਾਬਾ ਜੀ ਕਹਿੰਦੇ ਮੈਂ ਮਾਫ਼ ਕਰਨਾ ਗੁਰੂ ਕੀ ਸੰਗਤ, ਇਹ ਕੰਮ ਹਰ ਬੰਦੇ ਨੂੰ ਕਰਨਾ ਪੈਣਾ, ਆਪ ਕਰਨਾ ਪੈਣਾ, ਆਪਣੇ ਭਲੇ ਲਈ ਕਰਨਾ ਪੈਣਾ, ਆਪਣੇ ਹੱਥੀ ਕਰਨਾ ਪੈਣਾ। ਗੁਰੂ ਬਾਬਾ ਜੀ ਨੇ ਬੜੀ ਪੱਕੀ ਮੋਹਰ ਲਗਾਈ, ਇਹਨੂੰ ਧੋਖੇ ਚ ਨਹੀਂ ਰੱਖਿਆ। ਆਪਣ ਹੱਥੀ ਆਪਣਾ ਆਪਣ ਹੱਥੀ ਆਪਣਾ ਆਪਣ ਹੱਥੀ ਸੰਗਤ। ਮਾਰੇ ਕਿੰਨੇ ਪਿਆਰ ਨਾਲ ਕਹਿ ਰਹੇ ਨੇ, ਹਰ ਜਸਰੇ ਮਨਾ ਗਾਇ ਲੈ ਜੋ ਸੰਗੀ ਹੈ। ਮਾਰਾ ਤੇਰਾ ਸੰਗੀਤ ਸਿਰਫ ਇੱਕ ਵਹਿਰੂ ਦਾ ਨਾਮ ਹੈ, ਅਵਸਰ ਬੀਤੇ ਜਾਤ ਹੈ ਕਿਹੋ ਮਾਨ ਲੈ ਮੇਰੋ ਮਾਰ ਮੇਰਾ ਆਖੇ ਲੱਗ ਜਾ। ਕਹੋ ਵਾਹਿਗੁਰੂ, ਜਿਹਨੇ ਕੋਈ ਪੁੱਤ ਨਾ ਮੰਨੇ ਤੇ ਮਾਂ ਬਾਪ ਬਣਾਉਂਦੇ ਨੇ, ਮਾਂ ਕਹਿੰਦੀ ਪੁੱਤ ਮੇਰੇ ਆਖੇ ਲੱਗ ਜਾ। ਹੈਂ, ਮਾਫ਼ ਕਰਨ ਬੇਟਾ ਸਿਆਣੇ ਬਣੀਦਾ, ਬੇਟਾ ਆ ਫਲਾਣਾ ਕੰਮ ਕਰਕੇ ਆ। ਜਿਵੇਂ ਪਿਤਾ ਆਪਣੇ ਪੁੱਤ ਨੂੰ ਸਮਝਾਉਂਦਾ, ਮਾਂ ਸਮਝਾਉਂਦੀ, ਇਵੇਂ ਗੁਰੂ ਸਾਹਿਬ ਸਿੱਖ ਨੂੰ ਕਹਿੰਦੇ ਨੇ ਕਿ ਅਵਸਰ ਬੀਤੇ ਜਾਤੋ, ਤੇਰੀ ਜ਼ਿੰਦਗੀ ਦਾ ਸਮਾਂ ਬੀਤੇ ਦਾ ਜਾ ਰਿਹਾ, ਕਹੋ ਮਾਨ ਲੈ ਉਹ ਮੇਰੋ ਸਾਡੇ ਆਖੇ ਲੱਗ ਜਾ, ਤੇਰੀ ਜ਼ਿੰਦਗੀ ਜਾ ਰਹੀ ਹੈ। ਮਾਫ਼ ਕਰਨ ਹਰ ਜਸਰੇ ਮਨਾ ਕਾਇਲ ਹੈ ਜੋ ਸੰਗੀ ਹੈ, ਤੇਰੋ ਅਵਸਰ ਬੀਤੇ ਜਾਤ ਹੈ, ਕਹੋ ਮਾਨ ਲੈ ਮੇਰੋ ਗੁਰੂ ਕੀ ਸੰਗਤ। ਅਫੱਲਾ ਤੂੰ ਅੰਤਮ ਸਮਾਂ ਆਇਆ, ਜੁਨਾਨ ਦਾ ਬਾਦਸ਼ਾਹ ਜਦੋਂ ਅੰਤਮ ਸਮਾਂ ਆਇਆ ਨਾ, ਵੈਸੇ ਆਪਾਂ ਕਹਿ ਦਿੰਦੇ ਕਈ ਵਾਰੀ, ਜੇ ਤੂੰ ਕਹਾਵਤ ਬਣੀ ਸੀ ਕਿ ਕਈ ਵਾਰੀ ਤਗੜੇ ਬੰਦੇ ਨੂੰ ਕਹਿ ਦਿੰਦੇ ਆ ਜਾ ਤੂੰ ਵੱਡਾ ਫਲਾਤੂ ਬਣਿਆ ਫਿਰਦਾ। ਕਹੋ ਵਾਹਿਗੁਰੂ, ਅਫਲਾਤੂ ਕੌਣ ਸੀ? ਜਿਹਨੇ ਮੌਤ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਕਰਕੇ ਬਾ ਜਾ ਵੱਡਾ ਫਲਾਤੂ ਬਣਿਆ ਫਿਰਦਾ, ਤੇਰੇ ਵਰਗੇ ਕਈ ਅਫਲਾਤੂ ਆਏ ਤੇ ਚਲੇ ਗਏ। ਅੰਤਮ ਸਮਾਂ ਜੁਨਾਨ ਦਾ ਬਾਦਸ਼ਾਹ ਅਫਲਾਤੂ ਆਇਆ, ਬੰਦਾ ਬੜੇ ਯਤਨ ਕਰਦਾ, ਕਹਿੰਦੇ ਵਾਹਿਗੁਰੂ ਇਹ ਬਚਨ ਦੇ ਬੜੇ ਬੜੇ ਯਤਨ ਕਰਦਾ ਕਿ ਮੈਂ ਹੋਰ ਜਿਉਂਦਾ ਰਹਾਂ ਹੋਰ ਜਿਉਂਦਾ ਰਹਾਂ। ਕਦੀ ਸਾਰੀ ਜ਼ਿੰਦਗੀ ਇਹਦੇ ਮਨ ਵਿੱਚ ਖਿਆਲ ਨਹੀਂ ਆਉਂਦਾ ਕਿ ਮੈਂ ਬੜਾ ਜੀ ਲਿਆ, ਮੈਂ ਇੱਥੋਂ ਚਲਾ ਜਾਵਾਂ, ਕਦੀ ਆਉਂਦਾ? ਦਿਨ ਤੇ ਪਹਿਰ ਪਹਿਰ ਤੇ ਕਰੀਆਂ ਆਬ ਕਟੈ ਤਨ ਸੀਜੈ, ਕਾਲ ਤਹੀਰੀ ਫਿਰੈ ਬਦਕ ਜਿਉਂ, ਕਹੋ ਕਬਰ ਵਿਦ ਕੀਜੈ ਸੋਦਨ ਆਮਣੇ ਲਾਗਾ, ਮਾਤ ਪਿਤਾ ਬੰਤਾ ਸੁਦ ਬੰਦਪ, ਕਹੋ ਕੋ ਹੈ ਕਾਕਾ ਜਬ ਲਗ ਜੋਤ ਕਾਇਆ ਮੈਂ ਵਰਤੈ, ਆਪਾ ਪਸ਼ੂ ਨਾ ਬੂਝੈ, ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਸ਼ੂ ਨਾ ਸੂਝੈ, ਕਹਿਤ ਕਬੀਰ ਸੁਨੋ ਰੇ ਪ੍ਰਾਣੀ ਛੋਟੋ ਮਨ ਕੇ ਪਰਮਾ, ਕੇਵਲ ਨਾਮ ਜਪੋ ਰੇ ਪ੍ਰਾਣੀ ਪਰ ਏਕ ਕੀ ਸਰਨਾ। ਇਹ ਬੜੇ ਯਤਨ ਕਰਦਾ ਕਿ ਮੈਂ ਨਾ ਮਰਾਂ ਹੋਰ ਵੀ ਜੀ ਲਾਂ ਹੋਰ ਵੀ ਜੀ ਲਾਂ।
ਅੰਤਮ ਸਮਾਂ ਅਪਲਕ ਹੁੰਦਾ ਆਇਆ। ਸਤਸੰਗ ਚ ਨਾਮ ਦਾ ਵਾਸਤੇ ਜਦੋਂ ਮੌਤ ਲੈਣ ਵਾਸਤੇ ਆਈ ਨਾ, ਅਪਲਾਤੂ ਆਪਣੇ ਨਾਲ ਦੀਆਂ ਮਿਲਦੀਆਂ ਜੁਲਦੀਆਂ ਨਾ 40 ਮੂਰਤੀਆਂ ਬਣਾ ਕੇ ਤੇ ਉਹਨਾਂ ਮੂਰਤੀਆਂ ਦੇ ਵਿੱਚ ਲੁਕ ਕੇ ਬਹਿ ਗਿਆ ਤੇ ਕਹਿੰਦੇ ਨੇ ਕਿ ਮੌਤ ਸਿਆਣ ਨਾ ਸਕੀ, ਅਸਲੀ ਅਫਲਾਤੂ ਕਿਹੜਾ ਤੇ ਨਕਲੀ ਅਫਲਾਤੂ ਕਿਹੜੇ ਨੇ। ਮਾਫ਼ ਕਰਨਾ ਤੇ ਮੌਤ ਜਾ ਕੇ ਪਰਮੇਸ਼ਰ ਕੋਲ ਰੋਈ। ਪਰਮੇਸ਼ਰ ਪੁੱਛਦਾ ਮੌਤ ਨੂੰ ਤੂੰ ਰੋਈ ਕਿਉਂ? ਮੌਤ ਕਹਿੰਦੀ ਜੀ ਤੁਸੀਂ ਮੇਰੀ ਡਿਊਟੀ ਲਾਈ ਸੀ ਕਿ ਅਫਲਾਤੂ ਨੂੰ ਲੈ ਕੇ ਆਓ, ਉੱਥੇ ਤਾਂ ਕਈ ਅਫਲਾਤੂ ਬਣੇ ਫਿਰਦੇ ਨੇ, ਮੈਨੂੰ ਤਾਂ ਇਹੀ ਨਹੀਂ ਪਤਾ ਅਸਲੀ ਅਫਲਾਤੂ ਕਿਹੜਾ ਹੈ ਤੇ ਨਕਲੀ ਅਫਲਾਤੂ ਕਿਹੜੇ ਨੇ। ਪਰਮੇਸ਼ਰ ਨੇ ਮੌਤ ਨੂੰ ਆਖਿਆ ਰੋਣ ਵਾਲੀ ਕਿਹੜੀ ਗੱਲ ਹੈ, ਜਾਓ ਜਾ ਕੇ ਕੁਝ ਅਫਲਾਤੂਆਂ ਦੀ ਨਿੰਦਾ ਕਰੋ, ਕੁਝ ਦੀ ਉਸਤਤ ਕਰੋ, ਜਿਹੜਾ ਅਸਲੀ ਅਫਲਾਤੂ ਹੋਵੇਗਾ ਤੋੜ ਪਵੇਗਾ। ਬਸ ਕੰਨ ਤੋਂ ਫੜ ਕੇ ਲੈ ਕੇ ਆ ਜੀ, ਕੰਨ ਤੋਂ ਫੜ ਕੇ ਲੈ ਕੇ ਆ ਜੀ। ਮਨ ਕਰਨਾ ਗੁਰੂ ਕੀ ਸੰਗਤ ਤੇ ਜਦੋਂ ਅਫਲਾਤੂ ਨੂੰ ਲੈਣ ਵਾਸਤੇ ਮੌਤ ਦੁਬਾਰਾ ਆਈ ਆਉਣਾ। ਫਰੀਦਾ ਸਾਢੇ ਤਰਮਨ ਦਿਹੋਰੀ ਚੱਲੇ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵੱਧ ਅਸੂਣੀ ਬੰਨ। ਮਲਕਰ ਮੌਤ ਜਾਂ ਆਸੀ ਸਭ ਦਰਵਾਜੇ ਭੰਨ, ਜਿੱਥੇ ਮਰਜ਼ੀ ਲੁਕ ਕੇ ਬਹਿ ਜੀ। ਮੌਤ ਨੇ ਸਾਰੇ ਦਰਵਾਜੇ ਭੰਨ ਦੇਣੇ ਨੇ। ਮਲਕਰ ਮੌਤ ਜਾਂ ਆਸੀ ਸਭ ਦਰਵਾਜੇ ਭੰਨ, ਉਹ ਇਹਨਾਂ ਪਿਆਰੇ ਭਾਈਆਂ ਅੱਗੇ ਦਿੱਤਾ ਕੰਨ, ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ, ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ। ਫਰੀਦਾ ਅਮਰਜੀ ਕੀਤੇ ਦੁਨੀਆਂ ਵਿੱਚ ਸੇ ਦਰਗੇ ਆਏ ਕੰਮ, ਆ ਸਤ ਸੰਗਤ ਦਰਗਾਹ ਚ ਕਮਾਉਣੀ, ਆ ਸਮਾਂ ਸਾਡਾ ਦਰਗਾਹੀ ਸਮਾਂ। ਕਹਿ ਦੇ ਇਹ ਸਾਡਾ ਉਹ ਸਮਾਂ ਜਿਸ ਸਮੇਂ ਦੇ ਫਲ ਨੂੰ ਧਰਮ ਰਾਜਾ ਵੀ ਨਹੀਂ ਟਾਲ ਸਕਦਾ। ਕਬੀਰ ਏਕ ਘੜੀ ਆਦੀ ਘੜੀ, ਆਦੀ ਹੂੰ ਤੇ ਆਦਿ ਭਗਤਨ ਸੇਤੀ ਕੋਸਤੇ ਜੋ ਕੀ ਨੋ ਸੋ ਲਾਭ ਤੱਦੇ ਦੇ ਕਿਹਾ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ। ਕਹਿੰਦੇ ਨੇ ਪਰਮੇਸ਼ਰ ਜਦ ਕਿਹਾ ਜਾਓ ਕੁਝ ਮੂਰਤੀਆਂ ਦੀ ਨਿੰਦਾ ਕਰੋ, ਕੁਝ ਉਸਤਤੀ ਕਰੋ, ਜਿਹੜਾ ਅਸਲੀ ਫਲਾਤੂ ਹੋਵੇਗਾ ਬੋੜ ਪਵੇਗਾ। ਮਾਂ ਜੋ ਦੁਬਾਰਾ ਲੈਣ ਵਾਸਤੇ ਆਈ ਤੇ ਆ ਕੇ ਕਹਿੰਦੀ ਹੈ, ਪਹਿਲੀ ਮੂਰਤੀ ਨੂੰ ਦੇਖ ਕੇ ਕਹਿੰਦੀ ਐਸਾ ਫਲਾਤੂ ਦਾ ਮੱਥਾ ਚੰਗਾ ਪਰ ਅੱਖਾਂ ਬੜੀਆਂ ਛੋਟੀਆਂ ਛੋਟੀਆਂ, ਐਸੇ ਐਸੇ ਮੌਤ ਨੇ ਨਹੀਂ ਛੱਡੇ। ਜਿਹੜੇ ਮੌਤ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਨੂੰ ਸਮਰੱਥ ਸਨ, ਮਾਫ਼ ਕਰਨਾ ਸੁੱਖਾਂ ਦੇ ਖਲਵਾੜੇ ਕੀਤੇ, ਹੋਰ ਸੁੱਖ ਇਕੱਠੇ ਕਰਨਾ ਹੋਰ ਸੁੱਖ। ਬੰਦਾ ਕਹਿੰਦਾ ਮਾੜਾ ਬਿਮਾਰ ਹੋ ਜਾ ਮੈਂ ਬੜਾ ਦੁਖੀ ਹਾਂ, ਮਹਾਰਾਜ ਕਹਿੰਦੇ ਜਤਨ ਬਹੁਤ ਦੁੱਖ ਕਹਿਤੀਏ, ਮੰਮ ਸੋਰੀ ਜਤਨ ਬਹੁਤ ਸੁੱਖ ਕਹਿਤੀਏ, ਦੁੱਖ ਕੋ ਕੀਓ ਨਾ ਉਹ ਕੀ ਦੁੱਖ ਨੇ, ਕਾਹਦੇ ਵਾਹੀ ਉਹ ਬਿਮਾਰ ਹੋ ਗਿਆ ਕੀ ਦੁੱਖ ਹੈ, ਚੋਟ ਲੱਗ ਗਈ ਕੀ ਦੁੱਖ ਹੈ, ਸਭ ਤੋਂ ਵੱਡਾ ਦੁੱਖ ਮੌਤ ਦਾ ਦੁੱਖ ਹੈ। ਕਦੀ ਉਸ ਦੁੱਖ ਦਾ ਵੀ ਯਤਨ ਕੀਤਾ ਹੈ? ਕਹਿ ਦੂ ਬਹਿ ਜਤਨ ਬਹੁਤ ਸੁੱਖ ਕੇ ਕੀਏ, ਦੁੱਖ ਕੋ ਕੀਓ ਨਾ। ਬੜੀ ਕਮਾਲ ਦੀ ਗੱਲ ਹੈ, ਐਡਾ ਵੱਡਾ ਦੁੱਖ ਮੌਤ ਦਾ ਦੁੱਖ, ਐਡਾ ਵੱਡਾ ਸਭ ਤੋਂ ਵੱਡਾ ਦੁੱਖ ਮੌਤ ਦਾ ਦੁੱਖ ਹੈ। ਤਦੇ ਕਹਿਣਾ ਜਮ ਘਾਟੇ ਦਾ ਪੁਰਾ ਹੈ ਉਹ ਨਹੀਂ ਸਹਿਆ ਭਗਵਾਨ ਵਾਲਿਓ। ਤੇ ਮੌਤ ਪਹਿਲੀ ਮੂਰਤੀ ਦੇਖ ਕੇ ਕਹਿੰਦੀ ਇਸ ਫਲਾਤੂ ਦਾ ਮੱਥਾ ਚੰਗਾ ਪਰ ਅੱਖਾਂ ਛੋਟੀਆਂ ਛੋਟੀਆਂ ਨੇ, ਚੰਗੀਆਂ ਨਹੀਂ ਲੱਗਦੀਆਂ ਕੋਝੀਆਂ ਨੇ। ਦੂਜੀ ਮੂਰਤੀ ਨੂੰ ਵੇਖ ਕੇ ਕਹਿੰਦੀ ਇਸ ਫਲਾਤੂ ਦੀਆਂ ਅੱਖਾਂ ਦੇ ਚੰਗੀਆਂ, ਨੱਕ ਬੜਾ ਮੋਟਾ ਹੈ, ਬੜਾ ਭੱਦਾ ਲੱਗਦਾ, ਮਾਫ਼ ਕਰਨਾ ਸੁੱਖਾਂ ਦੇ ਖਲਵਾੜੇ ਕੀਤੇ, ਦੁੱਖਾਂ ਦੀ ਨਾ ਕੀਤੀ ਪੂਰੀ, ਸ਼ਾਹ ਸ਼ਮਸ ਨੇ ਖੱਲ ਉਤਰਾਈ, ਮਨਸੂਰ ਚੜਾਇਆ ਸੂਲੀ, ਵੱਡੇ ਵੱਡੇ ਇੱਥੋਂ ਤੁਰ ਗਏ ਨੇ, ਅਸੀਂ ਤੁਸੀਂ ਕਿਹੜੇ ਬਾਗ ਦੀ ਮੂੜੀ ਖਾਲਸਾ ਜੀ ਭਾਗਮ ਵਾਲਿਓ। ਤੇ ਅਗਲੀ ਮੂਰਤੀ ਨੂੰ ਮੌਤ ਵੇਖ ਕਹਿੰਦੀ ਇਹਦਾ ਨੱਕ ਚੰਗਾ ਪਰ ਬੁੱਢ ਬੜੇ ਮੋਟੇ ਮੋਟੇ ਨੇ, ਚੰਗੇ ਨਹੀਂ ਲੱਗਦੇ। ਅਗਲੀ ਮੂਰਤੀ ਨੂੰ ਵੇਖ ਕੇ ਕਹਿੰਦੀ ਹੈ ਇਹਦੇ ਬੁੱਢ ਚੰਗੇ ਨੇ, ਇਹਦੇ ਦੰਦ ਬੜੇ ਬਾਹਰ ਨੂੰ ਪੈਂਦੇ ਨੇ ਪ੍ਰਣਾਲੇ ਵਾਂਗੂ, ਇਹ ਚੰਗੇ ਨਹੀਂ ਲੱਗਦੇ। ਜਿਹੜਾ ਅਸਲੀ ਅਤਲਾ ਤੁਸੀਂ ਬੋਲ ਪਿਆ, ਮੌਤ ਨੂੰ ਕਹਿੰਦਾ ਤੂੰ ਕੌਣ ਹੁੰਦੀ ਹੈ ਮੇਰੀਆਂ ਮੂਰਤੀਆਂ ਦੀ ਨਿੰਦਾ ਕਰਨ ਵਾਲੀ? ਮੌਤ ਖਿੜਖਿੜਾ ਕੇ ਹੱਸ ਪਈ, ਕਹਿੰਦੀ ਉਹ ਤੂੰ ਹੈ, ਉਹ ਤੂੰ ਹੈ ਜਾਂ
ਰੁਕ ਕੇ ਬੈਠਾ ਸੁਣਾਓ ਜਾਂ ਦੱਸਦੀ ਆ ਤੈਨੂੰ ਮੈਂ। ਮਾਰ ਕਰਨਾ ਖਾਲਸਾ ਜੀ ਜਦੇ ਮਾਰਿਆ ਮੌਤ ਨੇ ਝਟਕਾ, ਅਖ ਲਾਤੂ ਦੇ ਪ੍ਰਾਣ ਖਿੱਚ ਲੈ ਮਾਫ ਕਰਨ। ਤਦੇ ਭਗਤ ਕਬੀਰ ਜੀ ਕਹਿੰਦੇ ਨੇ ਜਮ ਕਾ ਠੇਂਗਾ ਬੁਰਾ ਹੈ ਸੋ ਉਹ ਨਹੀਂ ਸਹਿਆ ਜਾਏ। ਮਹਾਂਪੁਰਖ ਕਿਆ ਕਰਦੇ ਸਨ, ਨਗੁਰੇ ਬੰਦੇ ਨੂੰ, ਮਨਮੁਖ ਬੰਦੇ ਨੂੰ, ਰੱਬ ਤੋਂ ਭੁੱਲੇ ਬੰਦੇ ਨੂੰ ਮਰਨ ਲੱਗਿਆ ਇੰਨਾ ਦੁੱਖ ਹੁੰਦਾ ਹੈ ਜਿਵੇਂ ਖਾਲਸਾ ਜੀ ਸਭ ਸੌ ਸ਼ਾਹ ਕਾਲਾ ਫਨੀਆਂ ਸੱਪ ਇਕੱਠਾ ਹੀ ਇੱਕ ਬੰਦੇ ਨੂੰ ਡੰਗ ਜਾਏ ਖਾਲਸਾ। ਇਹਦੇ ਨਾਲੋਂ ਵੀ ਹਜ਼ਾਰ ਗੁਣਾ ਮਰਨ ਲੱਗਿਆ ਨਗੁਰੇ ਬੰਦੇ ਨੂੰ ਸਾਸੰਗ ਦੁੱਖ ਹੋਇਆ ਕਰਦਾ ਹੈ। ਮਾਫ ਕਰਨਾ ਗੁਰੂ ਕਿਸ਼ਨ ਤਦੇ ਕਹਿੰਦੇ ਜਮ ਕਾ ਠੇਂਗਾ ਬੁਰਾ ਹੈ ਉਹ ਨੀ ਸਹਿਆ ਜਾਏ। ਇੱਕ ਜੋ ਸਾਧੂ ਮੋਹੇ ਮਿਲਿਓ ਤਿੰਨ ਲੀਓ ਅੰਜਲ ਲਾਏ। ਮਾਫ ਕਰਨਾ ਜਿਵੇਂ ਬਿੱਲੀ ਦਾ ਵਰਤਾਰਾ ਚੂਹੇ ਦੇ ਨਾਲ, ਇਵੇਂ ਮੌਤ ਦਾ ਵਰਤਾਰਾ ਸਾਧਤਾ ਮਨਮੁੱਖਾ ਬੰਦਿਆਂ ਨਾਲ, ਪਰ ਜਿਵੇਂ ਬਿੱਲੀ ਦਾ ਵਰਤਾਰਾ ਆਪਣੇ ਬੱਚਿਆਂ ਦੇ ਨਾਲ ਹੈ, ਇਵੇਂ ਮੌਤ ਦਾ ਵਰਤਾਰਾ ਗੁਰਮੁਖਾਂ ਨਾਮ ਜਪਣ ਵਾਲਿਆਂ ਭਜਨੀਕ ਪੁਰਸ਼ਾਂ ਦੇ ਨਾਲ, ਜਿਵੇਂ ਬਿੱਲੀ ਆਪਣੇ ਬੱਚੇ ਨੂੰ ਗਾਨਾ ਲਾ ਕੇ ਲਿਜਾਂਦੀ ਨਾ, ਇਵੇਂ ਮੌਤ ਨਾਮ ਜਪਣ ਵਾਲੇ ਨੂੰ ਬਗਾਨਾ ਚ ਬਿਠਾ ਕੇ ਸੱਚਖੰਡ ਨੂੰ ਜਾਂਦੀ। ਤਦੇ ਕਹਿੰਦਾ ਗੁਰਮੁਖ ਜਨਮ ਸਵਾਰ ਦਰਗੇ ਚੱਲੇ ਸੱਚੀ ਦਰਗੇ ਚਾਹੇ ਸੱਚਾ ਪਿੜ ਮੱਲਿਆ। ਜਿਵੇਂ ਨਾ ਭਲਵਾਨ ਖਾੜਿਆਂ ਚ ਘੁਲਦੇ ਨੇ, ਕਹਿੰਦੇ ਵਾਹਿਗੁਰੂ ਪਿੜਾਂ ਚ ਘੁਲਦੇ ਨੇ, ਘੁਲਦੇ ਨੇ, ਘੁਲਦੇ ਨੇ, ਮਾਫ ਕਰਨਾ ਖਾੜਿਆਂ ਚ ਘੁਲਦੇ ਨੇ। ਤੇ ਜਿਹੜਾ ਭਲਵਾਨ ਜਿੱਤ ਜਾ ਮੱਲਿਆ, ਅਗਲੀ ਵਿਚਾਰ ਇੱਥੋਂ ਸ਼ੁਰੂ ਕੀਤੀ ਜਾਵੇਗੀ। ਹਰ ਕੇ ਸੇਵਕ ਜੋ ਹਰ ਪਾਏ ਤਿੰਨ ਕੀ ਕਥਾ, ਨਿਰਾਰੀ ਦੇ ਆਪਣੇ ਜੀਵਨ ਤੇ ਤਰਸ ਕਰੋ, ਉਹ ਜੀਵਨ ਤੇ ਤਰਸ ਕਰੋ ਜਿਹੜਾ ਜੀਵਨ ਮੁੜ ਕੇ ਮਿਲਣਾ ਨਹੀਂ ਖਾਲਸਾ ਜੀ, ਉਸ ਜੀਵਨ ਤੇ ਤਰਸ ਕਰੀਏ। ਸਾਰੇ ਅਮਰ ਛੱਪੂ ਗੁਰੂ ਵਾਲੇ ਬਣੋ, ਉਹਨਾਂ ਭੁੱਲਾਂ ਦੀ ਮਾਫ਼ੀ ਇਹਨੇ ਸ਼ਬਦ ਪ੍ਰਮਾਣ ਕਰੋ, ਉਹਨਾਂ ਸਦਾ ਪਾਠ ਉਹ ਦੁਬਾਰਾ।